ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਜੀ ਆਇਆ ਅਤੇ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਬਲਦੇਵ ਮੱਟਾ ਜੀ ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਸੋ ਬਲਦੇਵ ਜੀ, ਆਪਾਂ ਗੱਲਬਾਤ ਕਰ ਰਹੇ ਸੀ ਕਿ ਜਿਹੜੇ ਜਦੋਂ ਅਸੀਂ ਸਾਊਥ ਏਸ਼ੀਅਨ ਭਾਈਚਾਰਾ ਆਪਣੇ ਕਿਸੇ ਵੀ ਕੰਟਰੀ ਦੇ ਵਿੱਚੋਂ ਜਦੋਂ ਇੱਥੇ ਆਉਂਦਾ ਜਾਂ ਆਪਾਂ ਪੰਜਾਬ ਤੋਂ ਇੱਥੇ ਆਉਂਦੇ ਹਾਂ ਤਾਂ ਉੱਥੇ ਇੱਥੇ ਆ ਕੇ ਆਪਾਂ ਨੂੰ ਬਹੁਤ ਸਾਰਾ ਕੁਛ ਡਿਫਰੈਂਟ ਹੁੰਦਾ, ਪਰ ਅਸੀਂ ਇੱਕਦਮ ਉਹ ਸਾਰਾ ਕੁਛ ਜਿਹੜਾ ਡਿਫਰੈਂਟ ਹੁੰਦਾ ਉਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਔਰ ਸਾਡਾ ਜਿਹੜਾ ਪਹਿਲਾ ਟਾਰਗੇਟ ਹੁੰਦਾ ਕਿ ਲਿਵਿੰਗ, ਉਸ ਤੋਂ ਬਾਅਦ ਅਸੀਂ ਜੋਬ, ਜੋਬ ਤੋਂ ਬਾਅਦ ਅਸੀਂ ਘਰ ਲੈਣਾ, ਅਤੇ ਉਹ ਫਿਰ ਅਸੀਂ ਇੱਕ ਸਾਈਕਲ ਦੇ ਵਿੱਚ ਪੈ ਜਾਂਦੇ ਹਾਂ। ਅਤੇ ਕੈਨੇਡਾ ਦੇ ਕਲਚਰ ਨੂੰ, ਕੈਨੇਡਾ ਦੇ ਕਾਨੂੰਨ ਨੂੰ ਸਮਝਣ ਨੂੰ ਕਈ ਵਾਰੀ ਸਾਨੂੰ ਬਹੁਤ ਟਾਈਮ ਲੱਗ ਜਾਂਦਾ, ਔਰ ਜਦੋਂ ਸਾਨੂੰ ਇਸ ਕਾਨੂੰਨ ਬਾਰੇ ਜਾਂ ਇੱਥੋਂ ਦੇ ਸਿਸਟਮ ਬਾਰੇ ਸਮਝ ਨਹੀਂ ਹੁੰਦੀ ਤਾਂ ਅਸੀਂ ਕਈ ਵਾਰੀ ਉਸ ਚੱਕਰਾਂ ਦੇ ਵਿੱਚ ਪੈ ਜਾਂਦੇ ਹਾਂ, ਬਿਕਾਜ਼ ਸਾਨੂੰ ਉਸ ਲਾਅ ਦੀ, ਉਸ ਕਾਨੂੰਨ ਦੀ ਜਾਣਕਾਰੀ ਨਹੀਂ ਸੀਗੀ। ਸੋ ਬੈਟਰ ਇਹੀ ਹੈ ਕਿ ਇਹਨੂੰ ਜੇ ਤੁਸੀਂ ਆਉਂਦੇ ਹੋ ਤਾਂ ਪਹਿਲਾਂ ਜਦੋਂ ਤੁਹਾਡਾ ਆਪਾਂ ਨੂੰ ਪਤਾ ਕਿ ਅਸੀਂ ਨਹੀਂ ਕੈਨੇਡਾ ਪਹੁੰਚਣਾ ਤਾਂ ਥੋੜ੍ਹੀ ਜਿਹੀ ਅਸੀਂ ਨੌਲੇਜ ਪਿੱਛੋਂ ਲੈ ਕੇ ਆਈਏ, ਪੜ੍ਹ ਕੇ ਆਈਏ, ਕਿਉਂਕਿ ਸਾਡੇ ਕੋਲ ਉੱਥੇ ਟਾਈਮ ਹੁੰਦਾ। ਅੱਜ ਕੱਲ੍ਹ ਸਾਰਾ ਕੁਛ ਇੰਟਰਨੈਟ 'ਤੇ ਅਵੇਲੇਬਲ ਹੈਗਾ, ਕੀ ਕਾਨੂੰਨ ਨੇ, ਕਿਵੇਂ ਸਾਰੇ ਇਮੀਗ੍ਰੇਸ਼ਨ ਲਾਜ਼ ਕੀ ਨੇ, ਉੱਥੋਂ ਦੇ ਰਹਿਣ ਸਹਿਣ ਦੇ ਤੌਰ ਤਰੀਕੇ ਜਿਹੜੇ ਆ ਉਹ ਸਿੱਖੇ ਵੀ ਜਾ ਸਕਦੇ ਨੇ। ਅੱਜ ਕੱਲ੍ਹ ਤਾਂ ਫੋਨ, ਵਟਸਐਪ, ਫੇਸਬੁੱਕ ਸਾਰਾ ਕੁਛ ਹੈਗਾ, ਪਰ ਕਿਉਂਕਿ ਸਾਡੀ ਉਹ ਤਰਜੀਹ 'ਤੇ ਜਾਂ ਉਹ ਪ੍ਰਾਇਓਰਟੀ ਲਿਸਟ 'ਤੇ ਨਹੀਂ ਹੁੰਦੇ ਤਾਂ ਅਸੀਂ ਉਹ ਨਹੀਂ ਸਿੱਖਦੇ। ਆਪਾਂ ਗੱਲਬਾਤ ਕਰ ਰਹੇ ਸੀਗੇ, ਆਪਾਂ ਦੋ ਤਿੰਨ ਪਹਿਲੂਆਂ 'ਤੇ ਪਹਿਲਾਂ ਗੱਲਬਾਤ ਕੀਤੀ ਹੈਗੀ ਆ। ਸੋ ਹੁਣ ਜਿਹੜਾ ਜਦੋਂ ਇੱਥੇ ਆ ਜਾਂਦੇ ਅਸੀਂ ਤਾਂ ਸਾਡਾ ਜਿਹੜਾ ਦੂਜਾ ਕੰਮ ਹੁੰਦਾ ਹੈਗਾ ਉਹ ਅਰਨਿੰਗ ਦਾ ਹੁੰਦਾ ਕਿ ਅਸੀਂ ਪੈਸੇ ਕਮਾਉਣੇ ਨੇ ਅਤੇ ਆਪਦੀ ਲਿਵਿੰਗ ਚਾਲੂ ਕਰਨੀ ਹੈ। ਸੋ ਉਹ ਅਸੀਂ ਇੰਨੇ ਪੈਸੇ ਵੀ ਨਹੀਂ ਲੈ ਕੇ ਆਉਂਦੇ ਉੱਥੋਂ ਜਾਂ ਸਾਡੇ ਕੋਲ ਹੁੰਦੇ ਵੀ ਨਹੀਂ, ਅਤੇ ਉਸ ਪੈਸੇ ਨਾਲ ਇੱਥੇ ਬਹੁਤ ਲੰਮਾ ਟਾਈਮ ਗੁਜ਼ਾਰਾ ਹੋ ਵੀ ਨਹੀਂ ਸਕਦਾ। ਸੋ ਸਾਨੂੰ ਪਹਿਲਾਂ ਜੋਬ ਦੀ ਜ਼ਰੂਰਤ ਹੁੰਦੀ ਹੈ। ਸੋ ਦੇਖਣ ਵਿੱਚ ਆਇਆ ਕਈ ਵਾਰੀ ਜਦੋਂ ਅਸੀਂ ਇੱਕ ਜੋਬ ਦੇ ਵਿੱਚ ਫਸ ਜਾਂਦੇ ਹਾਂ ਜਾਂ ਫਸ ਭਾਵ ਜਿਹੜੀ ਜੋਬ ਸਟਾਰਟ ਕਰ ਲਈ, ਫਿਰ ਸਾਨੂੰ ਲੱਗਦਾ ਵੀ ਸਾਡੀ ਲਿਵਿੰਗ ਚੱਲਣ ਲੱਗ ਗਈ, ਅਸੀਂ ਮੂਵ ਫਾਰਵਰਡ ਨਹੀਂ ਹੁੰਦੇ ਜੀ। ਸੋ ਅਸੀਂ ਉੱਥੇ ਸਟੱਕ ਹੋ ਜਾਂਦੇ ਹਾਂ। ਸੋ ਅਸੀਂ ਕਈ ਵਾਰੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਜਦੋਂ ਜੋਬ ਦੀ ਗੱਲ ਆਉਂਦੀ ਆ ਤਾਂ ਅਸੀਂ ਕਿਹੜੀਆਂ ਗਲਤੀਆਂ ਕਰਦੇ ਹਾਂ ਜੀ? ਇੱਕ ਤਾਂ ਇਹ ਹੈਗਾ ਕਿ ਆਮ ਤੌਰ 'ਤੇ ਇਹ ਦੇਖਿਆ ਜਾਂਦਾ ਕਿ ਤਕਰੀਬਨ 65 ਸਾਲ ਤੱਕ ਆਪਾਂ ਨੇ ਕੰਮ ਕਰਨਾ ਜੀ। ਅੱਜ ਕੱਲ੍ਹ ਤਾਂ ਖੈਰ ਜ਼ਿਆਦਾ ਵੀ ਕੰਮ ਕਰ ਰਹੇ ਆ ਲੋਕ, ਲੇਕਿਨ ਆਮ ਤੌਰ 'ਤੇ ਆਪਾਂ ਕਹਿ ਸਕਦੇ ਹਾਂ ਵੀ 65 ਸਾਲ ਤੱਕ ਆਪਾਂ ਨੇ ਕੰਮ ਕਰਨਾ ਜੀ। ਜੇ ਆਪਣੀ ਉਮਰ 30 ਦੀ ਆ ਤਾਂ ਫਿਰ ਆਪਾਂ 35 ਸਾਲ ਹਜੇ ਹੋਰ ਕੰਮ ਕਰਨਾ ਜੀ। ਸੋ ਉਸ 35 ਸਾਲ 'ਚ ਕਿਸ ਤਰੀਕੇ ਨਾਲ ਆਪਾਂ ਨੇ ਆਪਣੀ ਜ਼ਿੰਦਗੀ ਗੁਜ਼ਾਰਨੀ ਆ, ਕਿਸ ਤਰੀਕੇ ਨਾਲ ਆਪਾਂ ਨੇ ਆਪਣੇ ਪਰਿਵਾਰ ਨੂੰ ਦੀ ਦੇਖਭਾਲ ਕਰਨੀ ਆ, ਬੱਚਿਆਂ ਨੂੰ ਕਿਵੇਂ ਪੜ੍ਹਾਉਣਾ, ਬੱਚਿਆਂ ਦੀ ਜ਼ਿੰਦਗੀ ਕਿਵੇਂ ਬਣਾਉਣੀ ਆ, ਆਪ ਕਿਵੇਂ ਤੰਦਰੁਸਤ ਰਹਿਣਾ, ਉਹ ਸਾਰਾ ਕੁਛ ਥੋੜ੍ਹਾ ਜਿਹਾ ਸੋਚ ਸਮਝ ਮੰਗਦਾ ਜੀ। ਲੇਕਿਨ ਉਸ ਸੋਚ ਸਮਝ 'ਤੇ ਨੂੰ ਹਾਈਜੈਕ ਕਰ ਲੈਂਦਾ ਕੈਨੇਡਾ ਦਾ ਸਿਸਟਮ, ਕਿਉਂਕਿ ਇਹਦੇ ਵਿੱਚ ਅਗਰ ਆਪਾਂ ਛੇਤੀ ਕਰਨ ਦੇ ਲਈ, ਛੇਤੀ ਜਥੇਬੰਦ ਹੋਣ ਦੇ ਲਈ, ਛੇਤੀ ਆਪਣਾ ਰਹਿਣ ਸਹਿਣ ਨੂੰ ਕਰਨ ਦੇ ਲਈ ਅਗਰ ਆਪਾਂ ਨੇ ਕੋਈ ਐਸਾ ਰਾਹ ਅਖਤਿਆਰ ਕਰ ਲਿਆ ਜਿਹਦੇ 'ਚੋਂ ਪੈਸੇ ਤਾਂ ਆਉਣ ਲੱਗ ਗਏ ਪਰ ਸੈਟਿਸਫੈਕਸ਼ਨ ਨਹੀਂ ਆਈ, ਉਹ ਸੂਨਰ ਔਰ ਲੇਟਰ ਆਪਾਂ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਜ਼ਰੂਰ ਕਰੂ ਜੀ। ਕਈ ਐਸੀਆਂ ਜੋਬਸ ਹੈਗੀਆਂ ਜਿਹੜੀਆਂ ਪੈਸੇ ਦਿੰਦੀਆਂ, ਲੇਕਿਨ ਕੋਈ ਜ਼ਰੂਰੀ ਨਹੀਂ ਗਾ ਕਿ ਤੁਹਾਡੀ ਪਰਸਨੈਲਿਟੀ ਦੇ ਨਾਲ ਉਹ ਮੇਚ ਖਾਣ, ਇਹ ਨਹੀਂ। ਹੁਣ ਫਿਰ ਤੁਸੀਂ ਕੀ ਕਰਨਾ? ਵੈਸੇ ਹੀ ਕੈਨੇਡਾ, ਨੌਰਥ ਅਮਰੀਕਾ ਦੇ ਵਿੱਚ 80% ਲੋਕ ਆਪਦੀ ਜੋਬ ਨੂੰ ਲਾਈਕ ਨਹੀਂ ਕਰਦੇ, ਪਰ ਉਹਨਾਂ ਨੂੰ ਮਜਬੂਰ ਨੂੰ ਕਰਨੀ ਪੈਂਦੀ ਹੈ ਕਿਉਂਕਿ ਉੱਥੋਂ ਉਹਨਾਂ ਦੀ ਅਰਨਿੰਗ, ਬਟਰ ਬ੍ਰੈਡ, ਸਾਰਾ ਘਰ ਦੇ ਖਰਚੇ ਉੱਥੋਂ ਚੱਲ ਰਿਹਾ। ਬਿਲਕੁਲ। ਪਰ ਅੰਦਰੋਂ ਉਹ ਲਾਈਕ ਨਹੀਂ ਕਰ ਰਹੇ, ਜੇ ਉਹ ਲਾਈਕ ਨਹੀਂ ਕਰ ਰਹੇ ਤਾਂ ਉਹਦੇ 'ਚੋਂ ਫਿਰ ਮਾਨਸਿਕ ਜਿਹੜੀ ਪੀੜਾ ਉਹ ਤਾਂ ਨਿਕਲੇਗੀ ਨਿਕਲੇਗੀ, ਜਿਵੇਂ ਤੁਸੀਂ ਕਿਹਾ ਜੀ। ਸੋ ਉਸ ਸੈਂਸ ਦੇ ਵਿੱਚ ਮੇਰਾ ਖਿਆਲ 'ਚ ਆਪਾਂ ਥੋੜ੍ਹਾ ਜਿਹਾ ਇਸ ਚੀਜ਼ ਨੂੰ ਜੇ ਪਹਿਲਾਂ ਥੋੜ੍ਹਾ ਜਿਹਾ ਧਿਆਨ 'ਚ ਕਰ ਲਿਆ ਜਾਵੇ ਔਰ ਥੋੜ੍ਹਾ ਜਿਹਾ ਦੇਖ ਲਿਆ ਜਾਵੇ ਕਿ ਮੈਂ ਕਿੰਨੀ ਮੇਰੀ ਉਮਰ ਆ ਅਤੇ ਕਿੰਨੀ ਉਮਰ 'ਚ ਮੈਂ ਕੀ ਕਰਨਾ, ਕਿ ਮੈਂ 2 ਸਾਲ ਹੁਣ ਪੜ੍ਹਾਈ ਕਰਕੇ ਫਿਰ ਮੈਂ ਉਹ ਜੋਬ ਲੈ ਲਵਾਂ ਜਿਹੜੀ ਮੇਰੇ ਮਨ 'ਚ ਮੇਰਾ ਖੁਸ਼ ਹੋਵੇ, ਉਹ ਕਰਨ 'ਚ ਫਾਇਦਾ ਕਿ ਮੈਂ ਸਿੱਧਾ ਹੀ ਉਹ ਜੋਬ 'ਚ ਲੱਗ ਜਾਵਾਂ ਜਿਹਦੇ ਨਾਲ ਮੇਰਾ ਘਰ ਤੁਰ ਪਵੇ। ਸੋ ਇਹ ਜਿਹੜੀਆਂ ਕੁਛ ਜਿਹੜੀਆਂ ਆਪਣੀਆਂ ਥਿੰਕਿੰਗਸ ਹੈਗੀਆਂ, ਜਿਹੜੀਆਂ ਮਿਹਨਤ ਆ ਜਿਹੜੀ ਆਪਾਂ ਨੇ ਕਰਨਾ, ਉਹ ਪ੍ਰੋਫੈਸ਼ਨਲ ਕੈਨੇਡਾ ਦੇ ਵਿੱਚ ਪ੍ਰੋਫੈਸ਼ਨਲ ਹੈਗੇ ਆ ਜਿਹੜੇ ਜੋਬਸ ਦੀ, ਜਿਹੜੀ ਤੁਹਾਡੀ ਐਪਟੀਚਿਊਡ ਦੀ, ਜਿਹੜੀ ਤੁਹਾਡੀ ਜਿਹੜਾ ਤੋਂ ਕੁਛ ਤੁਸੀਂ ਪਿੱਛੋਂ ਪੜ੍ਹ ਕੇ ਆਏ ਹੋ, ਸਿੱਖ ਕੇ ਆਏ ਹੋ, ਉਹਦੇ ਹਿਸਾਬ ਨਾਲ ਤੁਹਾਨੂੰ ਗਾਈਡ ਕਰ ਸਕਦੇ ਹਾਂ। ਆਪਾਂ ਨੇ ਨੋਟ ਕੀ ਕੀਤਾ ਕਿ ਜਦੋਂ ਕੋਈ ਇਮੀਗ੍ਰੈਂਟ ਨਵਾਂ ਕੈਨੇਡਾ ਦੇ ਵਿੱਚ ਆਉਂਦਾ, ਉਹ ਅਕਸਰ ਕਿਸੇ ਨਾ ਕੋਈ, ਬਹੁਤ ਥੋੜ੍ਹੇ ਹੁੰਦੇ ਆ ਜਿਨ੍ਹਾਂ ਦਾ ਕੋਈ ਵੀ ਕੈਨੇਡਾ 'ਚ ਨਹੀਂ ਹੁੰਦਾ, ਬਹੁਤ ਥੋੜ੍ਹੇ ਹੁੰਦੇ ਆ, ਲੇਕਿਨ ਅਕਸਰ ਕੋਈ ਨਾ ਕੋਈ ਉਹਨਾਂ ਦਾ ਰਿਸ਼ਤੇਦਾਰ ਹੁੰਦਾ ਅਤੇ ਉਹ ਰਿਸ਼ਤੇਦਾਰ ਆਲਰੇਡੀ ਕੋਈ ਨਾ ਕੋਈ
ਕੰਮ ਕਰ ਰਿਹਾ ਹੁੰਦਾ ਤੇ ਕਿਉਂਕਿ ਉਹਨੂੰ ਉਸ ਕੰਮ ਦਾ ਪਤਾ ਹੁੰਦਾ ਤੇ ਉਹ ਦੱਸ ਸਕਦਾ ਵੀ ਮੈਂ ਆਹ ਕੰਮ ਕਰ ਰਿਹਾ, ਮੈਨੂੰ ਇੰਨੇ ਪੈਸੇ ਮਿਲਦੇ ਆ, ਜੇ ਤਾਂ ਤੂੰ ਇਹ ਕੰਮ ਕਰਨਾ ਤਾਂ ਮੈਂ ਤੈਨੂੰ ਕੱਲ੍ਹ ਨੂੰ ਲਵਾ ਦਿੰਦਾ ਤੇ ਜਾਂ ਛੇਤੀ ਲਵਾ ਦਿੰਦਾ, ਜੇ ਤੂੰ ਕੁਛ ਹੋਰ ਕਰਨਾ ਫਿਰ ਤੂੰ ਭਾਈ ਆਪਣਾ ਦੇਖ ਲਾ ਵੀ ਤੂੰ ਕਿਵੇਂ ਸੈੱਟ ਹੋਣਾ, ਕਿਉਂਕਿ ਉਹਦੇ ਬਾਰੇ ਮੈਨੂੰ ਕੋਈ ਇੰਨੀ ਜਾਣਕਾਰੀ ਵੀ ਨਹੀਂ। ਉਸ ਸੈਂਸ ਦੇ ਵਿੱਚ ਕਈ ਵਾਰੀ ਫਿਰ ਬੰਦਾ ਬਲੋ ਬਲੀ ਉਧਰਲੇ ਪਾਸੇ ਨੂੰ ਤੁਰ ਪੈਂਦਾ ਅਤੇ ਮੁੜ ਕੇ ਐਸਾ ਤੁਰਦਾ ਕਿ ਮੁੜ ਕੇ ਸਾਰੀ ਉਮਰ ਵਾਪਸ ਨਹੀਂ ਆ ਹੁੰਦਾ। ਵੈਸੇ ਵੀ ਕਈ ਵਾਰੀ ਇਉਂ ਵੀ ਕਿਹਾ ਜਾਂਦਾ ਕਿ ਜਦੋਂ ਬੰਦਾ ਆਉਂਦਾ ਸਟਾਰਟਿੰਗ ਦੇ ਵਿੱਚ ਸਟਰਗਲ ਕਰਨੀ ਪੈਂਦੀ ਆ, ਬਿਲਕੁਲ ਸ਼ੁਰੂਆਤ ਦੇ ਵਿੱਚ ਤੈਨੂੰ ਇਹ ਕੰਮ ਸਾਰਿਆਂ ਨੇ ਕੀਤੇ ਆ, ਤੈਨੂੰ ਵੀ ਕਰਨੇ ਪੈਣਗੇ, ਬਿਲਕੁਲ। ਸੋ ਮੈਂ ਉਸ ਚੀਜ਼ ਨਾਲ ਐਗਰੀ ਕਰਦਾ ਕਿ ਠੀਕ ਆਪਾਂ ਨੂੰ ਕਰਨੇ ਪੈਂਦੇ ਆ, ਪਰ ਜੇ ਤੁਸੀਂ ਉਸੇ ਕੰਮ ਦੇ ਵਿੱਚ ਸਾਰੀ ਉਮਰ ਸਟੱਕ ਹੋ ਜਾਓ, ਬਿਲਕੁਲ, ਅਤੇ ਉੱਥੋਂ ਤੁਸੀਂ ਬਾਹਰ ਹੀ ਨਾ ਨਿਕਲੋ ਫਿਰ ਪ੍ਰੋਬਲਮ ਹੈ, ਬਿਲਕੁਲ। ਸੋ ਤੁਹਾਨੂੰ ਮੂਵ ਫਾਰਵਰਡ ਵੀ ਹੋਣਾ ਚਾਹੀਦਾ ਜਿਵੇਂ ਜਿਵੇਂ ਤੁਸੀਂ, ਕਿਉਂਕਿ ਜੇ ਸਪੋਜ਼ ਕਰੋ ਕੋਈ ਬੰਦਾ ਯੰਗ ਆਇਆ ਉਹ ਲੇਬਰ ਕਰਨ ਨੂੰ ਸਟਾਰਟ ਕਰਤੀ, ਹੁਣ ਉਹ ਸਾਰੀ ਉਮਰ ਲੇਬਰ ਨਹੀਂ ਕਰ ਸਕਦਾ, ਬਿਲਕੁਲ। ਉਸੇ ਹੀ ਪੁਜੀਸ਼ਨ 'ਤੇ ਰਹਿਣਾ ਤਾਂ ਮੇਰੇ ਹਿਸਾਬ ਦੇ ਨਾਲ ਵੀ ਬਿਲਕੁਲ ਤੁਸੀਂ ਫਿਰ ਕੁਛ ਵੀ ਨਹੀਂ ਕਰ ਰਹੇ, ਇਹਦਾ ਮਤਲਬ ਹੈ ਉਸੇ ਫੈਕਟਰੀ ਦੇ ਵਿੱਚ ਤੁਸੀਂ ਸੁਪਰਵਾਈਜ਼ਰ ਬਣ ਸਕਦੇ ਹੋ, ਐਗਜ਼ੈਕਟਲੀ, ਹਾਈ ਲੈਵਲ 'ਤੇ ਪਹੁੰਚ ਸਕਦੇ ਹੋ, ਤੁਸੀਂ ਕੁਛ ਛੋਟੇ ਮੋਟੇ ਕੋਰਸਿਸ ਕਰ ਸਕਦੇ ਹੋ, ਉਹ ਫਿਰ ਜਦੋਂ ਤੁਹਾਡੇ ਅੰਦਰੋਂ ਕਰਿਓਸਿਟੀ ਹੋਏਗੀ ਕਰਨ ਦੀ ਤਾਂ ਹੀ ਹੋ ਪਾਏਗਾ, ਅਦਰਵਾਈਜ਼ ਤੁਸੀਂ ਉੱਥੇ ਹੀ ਸਟੱਕ ਹੋਵੋਗੇ ਅਤੇ ਸਾਰੀ ਉਮਰ ਉਹੀ ਜੋਬ ਕਰਦੇ ਰਹੋਗੇ, ਬਿਲਕੁਲ। ਸੋ ਉਸ ਸੈਂਸ ਦੇ ਵਿੱਚ ਮੈਂ ਤਾਂ ਕਰਕੇ ਇਹ ਕਹਿੰਦਾ ਕਿ ਜਦੋਂ ਆਪਾਂ ਕਿਸੇ ਨਵੇਂ ਮੁਲਕ 'ਚ ਜਾਂਦੇ ਹਾਂ ਤਾਂ ਉਹਨਾਂ ਦੇ ਸਰਟਨ ਕਾਇਦੇ ਕਾਨੂੰਨ ਹੁੰਦੇ ਆ, ਔਰ ਖਾਸ ਕਰਕੇ ਕਨੇਡਾ ਵਰਗੇ ਮੁਲਕਾਂ 'ਚ ਰੀਟ੍ਰੇਨਿੰਗਸ ਬਹੁਤ ਹੁੰਦੀਆਂ ਔਰ ਬਹੁਤ ਸਾਰੀਆਂ, ਔਰ ਇਹ ਕੋਈ ਗਰੰਟੀ ਨਹੀਂ ਗੀ ਕਿ ਅੱਜ ਜਿਹੜੀ ਫੈਕਟਰੀ 'ਚ ਤੁਸੀਂ ਕੰਮ ਕਰਦੇ ਹੋ ਕੱਲ੍ਹ ਨੂੰ ਹੋਵੇ ਵੀ ਇੱਥੇ, ਜੀ ਕੋਈ ਕੋਈ ਪਤਾ ਨਹੀਂ ਗਾ ਇੱਥੇ ਹੋਵੇ। ਸੋ ਉਸ ਸੈਂਸ ਦੇ ਵਿੱਚ ਮੇਰਾ ਖਿਆਲ 'ਚ ਇਹ ਮੁਲਕ ਨੂੰ ਸਮਝਣਾ, ਇਸ ਮੁਲਕ ਦੀ ਆਰਥਿਕਤਾ ਨੂੰ ਸਮਝਣਾ, ਕਿਉਂਕਿ ਇੱਥੇ ਰਿਸੈਸ਼ਨ ਵੀ ਆਉਂਦਾ ਅਤੇ ਇੱਥੇ ਬੂਮ ਵੀ ਆਉਂਦੀ ਆ, ਦੋਨੋਂ ਚੀਜ਼ਾਂ। ਕਈ ਵਾਰੀ ਆਪਾਂ ਨੂੰ ਜਦੋਂ ਆਪਾਂ ਨਵੇਂ ਆਉਂਦੇ ਹਾਂ, ਜੇ ਆਪਾਂ ਬੂਮ 'ਚ ਆ ਗਏ ਤਾਂ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇੱਕ ਦਿਨ ਰਿਸੈਸ਼ਨ ਵੀ ਆਉਣਾ। ਜੇ ਆਪਾਂ ਰਿਸੈਸ਼ਨ 'ਚ ਆ ਗਏ ਤਾਂ ਆਪਾਂ ਕਹਿੰਦੇ ਆਪਾਂ ਕਿੱਥੇ ਆ ਗਏ, ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਵੀ ਇੱਕ ਦਿਨ ਖਤਮ ਹੋ ਕੇ ਅਤੇ ਬੂਮ ਵੀ ਆਉਣੀ ਆ। ਸੋ ਉਸ ਸੈਂਸ 'ਚ ਜਿਹੜੇ ਆਪਾਂ ਲੰਬੇ ਅਰਸੇ ਤੋਂ ਇੱਥੇ ਕਨੇਡਾ 'ਚ ਰਹਿ ਰਹੇ ਹਾਂ, ਸਾਨੂੰ ਰਿਸੈਸ਼ਨ ਦਾ ਵੀ ਪਤਾ ਅਤੇ ਬੂਮ ਦਾ ਵੀ ਪਤਾ। ਉਸ ਸੈਂਸ ਦੇ ਵਿੱਚ ਅਸੀਂ ਜਾਣੀ ਨਵੇਂ ਆਇਆਂ ਨੂੰ ਦੱਸ ਸਕਦੇ ਹਾਂ ਵੀ ਇਸ ਤਰੀਕੇ ਨਾਲ ਵਿਚਰੋ। ਕਈ ਵਾਰੀ ਜਿਹੜੇ ਆਪਣੇ ਨਵੇਂ ਆਏ ਪ੍ਰਵਾਸੀ ਆ ਉਹ ਇਸ ਨਵੀਆਂ ਸੰਸਥਾਵਾਂ ਜਿਵੇਂ ਸੈਟਲਮੈਂਟ ਏਜੰਸੀਜ਼ ਹੈਗੀਆਂ ਉਹ ਦੱਸਦੀਆਂ ਵੀ ਤੁਸੀਂ ਕਿਵੇਂ ਕਰਨਾ ਉਹ, ਲੇਕਿਨ ਆਮ ਤੌਰ 'ਤੇ ਜਿਹੜਾ ਪ੍ਰਭਾਵ ਪੈਂਦਾ ਉਹ ਉਹਨਾਂ ਲੋਕਾਂ ਦਾ ਪੈਂਦਾ ਜਿਹੜੇ ਲੋਕ ਆਲਰੇਡੀ ਇੱਥੇ ਕਨੇਡਾ 'ਚ ਕਾਫੀ ਦੇਰ ਦੇ ਰਹਿ ਰਹੇ ਆ। ਉਹਨਾਂ ਨੇ ਜਿਸ ਤਰੀਕੇ ਨਾਲ ਆਪਣੀ ਜ਼ਿੰਦਗੀ ਉਸਾਰੀ ਆ, ਕਿਉਂਕਿ ਆਪਣਾ ਜਿਹੜਾ ਨਵਾਂ ਆਇਆ ਬੰਦਾ ਵੀ ਉਹਨਾਂ ਪਾਰਟੀਆਂ 'ਚ ਉਹਨਾਂ ਸਮਾਜਿਕ ਜਥੇਬੰਦੀਆਂ 'ਚ ਉਹਨਾਂ ਸਾਰੀ ਜਗ੍ਹਾ 'ਤੇ ਜਾਂਦਾ ਅਤੇ ਉਹ ਤਕਰੀਬਨ ਉਹਨਾਂ ਵਾਂਗੂ ਪ੍ਰਭਾਵ ਹੋ ਕੇ ਉਹ ਆਪਣੀ ਜ਼ਿੰਦਗੀ ਉੱਥੇ ਹੀ ਉਲੀਕਦਾ ਅਤੇ ਉਸੇ ਦੇ ਵਿੱਚ ਹੀ ਉਹ ਢਲ ਜਾਂਦਾ ਅਤੇ ਉਹ ਜਿਹੜੀ ਨਵੀਂ ਚੀਜ਼ ਉਹ ਆਪਣੀ ਵਿਲੱਖਣਤਾ ਕਰ ਸਕਦਾ ਸੀ ਉਹਦੇ ਵਿੱਚ ਫਿਰ ਉਹਦੀ ਉਹ ਵਿਲੱਖਣਤਾ ਆਉਂਦੀ ਨਹੀਂ। ਸੋ ਮੇਰੇ ਕੋਲ ਵੀ ਇੱਕ ਐਗਜ਼ਾਮਪਲ ਹੈਗੀ, ਇੱਕ ਡੀ ਫਾਰਮਾਸਿਸਟ ਸੀਗਾ ਇੱਥੇ ਮੁੰਡਾ ਆਇਆ ਜੀ, ਤਾਂ ਉਹ ਜਦੋਂ ਆਇਆ ਅਤੇ ਜਿਹੜੇ ਉਹਦੇ ਇਨਲਾ ਸੀਗੇ ਉਹ ਸਾਰੇ ਫੈਕਟਰੀ 'ਚ ਕੰਮ ਕਰਦੇ ਸੀ, ਉਹ ਕਹਿੰਦੇ ਵੀ ਆਹੀ ਜੋਬਾਂ ਇੱਥੇ, ਤੂੰ ਵੀ ਇਹੀ ਸਟਾਰਟ ਕਰ ਲਾ। ਉਹ 10 ਸਾਲ ਜੀ ਉਹਨੇ ਉਹੀ ਜੋਬ ਕੀਤੀ, ਉਹ 10 ਸਾਲ ਬਾਅਦ ਉਹਨੂੰ ਜਦੋਂ ਉਹਨੇ ਆਪਦਾ ਅਵੈਲੂਏਟ ਕੀਤਾ ਸਾਰਾ ਕੁਛ, ਤਾਂ ਉਹਦੇ ਕੋਲ ਜਿਹੜੀ ਉਹ ਫਾਰਮੇਸੀ ਸੀ ਉਹਦੀ ਡਿਗਰੀ ਸੀਗੀ, ਤਾਂ ਉਹਨੇ ਇੱਕ ਛੋਟਾ ਜਿਹਾ ਕੋਰਸ ਕਰਕੇ ਅਤੇ ਅੱਜ ਉਹਦਾ ਮੈਡੀਕਲ ਸਟੋਰ ਆ। ਉਹ 10 ਸਾਲ ਵੈਸੇ ਉਹ ਦੂਜੇ ਸਾਲ ਵੀ ਕਰ ਸਕਦਾ ਸੀ, ਬਿਲਕੁਲ, ਪਰ ਉਹ ਨਹੀਂ। ਕਈ ਵਾਰੀ ਆਪਾਂ ਉੱਥੇ ਸਟੱਕ ਹੋ ਜਾਂਦੇ ਹਾਂ, ਸੋ ਤੁਹਾਨੂੰ ਆਪਦੀ ਐਜੂਕੇਸ਼ਨ ਨੂੰ ਤੁਸੀਂ ਐਜੂਕੇਸ਼ਨ ਲੈ ਵੀ ਸਕਦੇ ਹੋ, ਆਪਦੀ ਐਜੂਕੇਸ਼ਨ ਦੀ ਅਵੈਲੂਏਸ਼ਨ ਕਰਾ ਕੇ ਅਤੇ ਉਹਨੂੰ ਦੇਖ ਸਕਦੇ ਹੋ ਕਿ ਤੁਸੀਂ ਕਿੱਥੇ ਫਿੱਟ ਹੋ ਸਕਦੇ, ਬਿਲਕੁਲ। ਔਰ ਜਿਹੜੀ ਤੁਸੀਂ ਕਿਹਾ ਕਿ ਜਿਵੇਂ ਸੈਟਲਮੈਂਟ ਸਰਵਿਸਿਜ਼ ਹੈਗੀਆਂ ਉਹਨਾਂ ਦਾ ਤੁਸੀਂ ਕਾਊਂਸਲਿੰਗ ਅਤੇ ਰਾਇ ਵੀ ਲੈ ਸਕਦੇ ਹੋ, ਉਹ ਵੀ ਤੁਹਾਨੂੰ ਗਾਈਡ ਕਰ ਦਿੰਦੇ ਆ ਕਿ ਕੀ ਕਰ ਸਕਦੇ ਹੋ ਤੁਸੀਂ। ਸੋ ਬਲਦੇਵ ਜੀ, ਇਸ ਤੋਂ ਗਾਂਹ ਜਦੋਂ ਆਪਣੀ ਸੈਟਲਮੈਂਟ ਵੀ ਹੋ ਗਈ, ਜੋਬਸ ਵੀ ਆ ਗਈ, ਹੁਣ ਜਿਹੜਾ ਇਦੋਂ ਗਾਂਹ ਬੱਚਿਆਂ ਦੀ ਪਰਵਰਿਸ਼ 'ਤੇ ਜਿਹੜੇ ਸਾਡੇ ਬਹੁਤ ਹੀ ਮਤਭੇਦ ਨੇ, ਕੁਛ ਸਾਡੀਆਂ ਵੈਲਯੂਜ਼ ਪੰਜਾਬ ਤੋਂ ਜਾਂ ਸਾਡੇ ਤੌਰ ਤਰੀਕੇ ਉਹ ਅਸੀਂ ਲੈ ਕੇ ਆਏ ਹਾਂ ਇੱਥੇ, ਖਾਸ ਕਰਕੇ ਉਹਦੇ ਵਿੱਚ ਐਜੂਕੇਸ਼ਨ ਦਾ ਪੱਖ ਆ ਜਾਂਦਾ। ਸਾਨੂੰ ਇਹ ਲੱਗਦਾ ਕਿ ਜਿਹੜੀ ਅਕੈਡਮਿਕ ਐਜੂਕੇਸ਼ਨ ਆ ਉਹ ਬਹੁਤ ਜ਼ਰੂਰੀ ਆ, ਵੀ ਜੇ ਤੂੰ ਆਹ ਡਿਗਰੀਆਂ ਨਹੀਂ ਕਰੇਗਾ ਤਾਂ ਤੇਰੀ ਜਿਹੜੀ ਲਾਈਫ ਆ ਉਹ ਕਿਸੇ ਕੰਮ ਦੀ ਨਹੀਂ ਇੱਥੇ, ਵੀ ਤੂੰ ਪੜ੍ਹ ਕੇ ਪੜ੍ਹ ਲਿਖ ਕੇ ਕੁਛ ਨਾ ਕੁਛ ਬਣ ਜਾ। ਸੋ ਐਜੂਕੇਸ਼ਨ ਰਿਲੇਟਡ ਤੁਸੀਂ ਕੀ ਕਹਿਣਾ ਚਾਹੋਗੇ, ਜਿਹੜੇ ਪੇਰੈਂਟਸ ਹੈਗੇ ਆ ਉਹਨਾਂ ਨੂੰ ਕੀ ਰਾਇ ਦੇਣਾ ਚਾਹੋਗੇ? ਉਹਦੇ 'ਚ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਆ, ਮੈਂ ਆਪਣੇ ਪੇਰੈਂਟਸ ਨੂੰ ਕਹਿਣਾ ਚਾਹੁੰਦਾ, ਇਹ ਕੋਈ ਜ਼ਰੂਰੀ ਨਹੀਂ ਗਾ ਕਿ ਹਰ ਇੱਕ ਬੱਚਾ ਏ ਲੈ ਕੇ ਆਵੇ, ਔਰ ਹਰ ਇੱਕ ਮਾਪੇ ਦੀ ਇਹ ਜਿੱਦ ਹੁੰਦੀ ਆ ਕਿ ਬੱਚਾ ਏ ਲਿਆ ਸਕਦਾ ਬੀ ਲਿਆ ਸਕਦਾ, ਲੇਕਿਨ ਆਮ ਤੌਰ 'ਤੇ ਦੇਖਿਆ ਗਿਆ ਕਿ ਜਿਹੜੇ ਬੱਚੇ ਦੀਆਂ ਕੁਛ ਹੋਰ ਵੀ ਖਾਸੀਅਤ ਆ, ਜਿਵੇਂ ਮਿਸਾਲ ਦੇ ਤੌਰ 'ਤੇ ਕੀ ਤੁਹਾਡੇ ਬੱਚੇ ਨੂੰ ਵਧੀਆ
ਰਿਸ਼ਤੇ ਬਣਾਉਣੇ ਆਉਂਦੇ ਆ, ਕੀ ਤੁਹਾਡੇ ਬੱਚੇ ਦੇ ਵਿੱਚ ਕੋਈ ਚਾਹਤ ਹੈਗੀ ਆ ਕੁਛ ਕਰਨ ਦੀ, ਕੀ ਤੁਹਾਡਾ ਬੱਚਾ ਜ਼ਿੰਦਗੀ ਦੇ ਵਿੱਚ ਉਹਨੇ ਆਪਣਾ ਕੋਈ ਟੀਚਾ ਉਲੀਕ ਲਿਆ, ਉਹ ਕਿਸੇ ਏ ਲਿਆਉਣ ਨਾਲ ਉਹ ਜ਼ਿਆਦਾ ਜ਼ਰੂਰੀ ਆ। ਲੇਕਿਨ ਉਹਦੀ ਜਿਹੜੀ ਉਹ ਮੋਟੀਵੇਸ਼ਨ ਆ ਵੀ ਮੈਂ ਕਿਤੇ ਪਹੁੰਚਣਾ, ਮੈਂ ਵਧੀਆ ਰਿਸ਼ਤੇ ਬਣਾਊਂਗਾ, ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਸੋਚ ਵਿਚਾਰ ਕੇ ਅੱਗੇ ਵਧੂੰਗਾ, ਮੈਂ ਦੂਸਰਿਆਂ ਦਾ ਦੁੱਖ ਅਨੁਭਵ ਕਰਦਾ, ਮੈਨੂੰ ਪਤਾ ਵੀ ਮੇਰੇ ਪੇਰੈਂਟਸ ਕਿੰਨੀ ਕਿੰਨੀ ਮਿਹਨਤ ਨਾਲ ਕੰਮ ਕਰਦੇ ਆ। ਇਹ ਜਿਹੜੀਆਂ ਕੁਆਲਿਟੀਜ਼ ਆ, ਇਹ ਅੱਜ ਕੱਲ੍ਹ ਆਪਾਂ ਕਹਿੰਦੇ ਹਾਂ ਵੀ ਇਹ ਕਿਸੇ ਏ ਲਿਆਉਣ ਨਾਲੋਂ ਜ਼ਿਆਦਾ ਜ਼ਰੂਰੀ ਆ। ਕਈ ਵਾਰੀ ਬੱਚੇ ਮੈਂ ਇਹ ਦੇਖਿਆ ਕਿ ਗ੍ਰੇਡ 12 'ਚ ਉਹ ਬੜੇ ਵਧੀਆ ਨੰਬਰਾਂ 'ਤੇ ਪਾਸ ਹੋ ਜਾਂਦੇ ਆ, ਅਤੇ ਜਦੋਂ ਉਹਨਾਂ ਨੂੰ ਕਹੀਦਾ ਵੀ ਹੁਣ ਯੂਨੀਵਰਸਿਟੀ ਅਪਲਾਈ ਕਰ ਲਓ, ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਅਸੀਂ ਕਿੱਧਰ ਜਾਣਾ। ਹੁਣ ਮਾਪੇ ਪਰੇਸ਼ਾਨ ਹੋਣਗੇ ਕਿਉਂਕਿ ਉਹਨਾਂ ਨੇ ਸਾਰੀ ਉਮਰ ਬੱਚੇ ਨੂੰ ਏ ਲਿਆਉਣ ਲਈ ਕਿਹਾ ਅਤੇ ਬੱਚੇ ਨੇ ਏ ਲਿਆਂਦਾ, ਲੇਕਿਨ ਉਹਨਾਂ ਨੇ ਬੱਚੇ ਨੂੰ ਇਹ ਨਹੀਂ ਦੱਸਿਆ ਕਿ ਤੁਸੀਂ ਹੁਣ ਤੁਹਾਡਾ ਕਿੱਧਰਲੇ ਪਾਸੇ ਨੂੰ ਜਾਣਾ, ਜ਼ਿੰਦਗੀ ਕੀ ਆ, ਜ਼ਿੰਦਗੀ ਦੇ ਕਿੰਨੇ ਪਹਿਲੂ ਆ, ਕਿਹੜਾ ਪਹਿਲੂ ਇੰਪੋਰਟੈਂਟ ਆ, ਕੀ ਪੈਸਾ ਇੰਪੋਰਟੈਂਟ ਆ, ਕੀ ਰਿਸ਼ਤਾ ਇੰਪੋਰਟੈਂਟ ਆ, ਕੀ ਆਪਾਂ ਆਪਣਾ ਸਟੇਟਸ ਇੰਪੋਰਟੈਂਟ ਆ, ਕੀ ਉਹਨੇ ਜਾਣੀ ਉਹਨੇ ਜ਼ਿੰਦਗੀ ਦੇ ਵਿੱਚ ਕੀ ਕਰਨਾ। ਅਤੇ ਉਸ ਸੈਂਸ ਦੇ ਵਿੱਚ ਮੇਰਾ ਖਿਆਲ 'ਚ ਆਪਾਂ ਇਹ ਤੁਸੀਂ ਬਹੁਤ ਵਧੀਆ ਕਿਹਾ ਕਿ ਆਪਣੀ ਕਮਿਊਨਿਟੀ ਦੇ ਵਿੱਚ ਸਾਰਿਆਂ ਨਾਲੋਂ ਇਹ ਹੈਗਾ ਕਿ ਕੋਈ ਨਾ ਕੋਈ ਗ੍ਰੇਡ 12 ਅੱਛੇ ਨੰਬਰਾਂ 'ਤੇ ਕੀਤਾ ਜਾਵੇ, ਕਿਸੇ ਨਾ ਕਿਸੇ ਯੂਨੀਵਰਸਿਟੀ 'ਚ ਜਾ ਕੇ ਕੋਈ ਡਿਗਰੀ ਕੀਤੀ ਜਾਵੇ, ਫਿਰ ਭਾਵਾਂ ਜੋਬ ਮਿਲੇ ਨਾ ਮਿਲੇ, ਲੇਕਿਨ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਬੱਚੇ ਨੇ ਡਿਗਰੀ ਕੀਤੀ ਆ। ਉਸ ਸੈਂਸ ਦੇ ਵਿੱਚ ਮੇਰਾ ਖਿਆਲ 'ਚ ਆਪਾਂ ਨੂੰ ਥੋੜ੍ਹਾ ਜਿਹਾ ਘੋਖਣਾ ਵਿਚਾਰਨਾ ਚਾਹੀਦਾ ਕਿ ਕਨੇਡਾ ਦੇ ਕੰਟੈਕਸਟ ਦੇ ਵਿੱਚ ਆਪਾਂ ਬਹੁਤ ਜਗ੍ਹਾ 'ਤੇ ਸਕਸੈਸਫੁਲ ਹੋ ਸਕਦੇ ਹਾਂ, ਕੋਈ ਜ਼ਰੂਰੀ ਨਹੀਂ ਇੰਜੀਨੀਅਰ ਹੀ ਬਣਨਾ, ਕੁਛ ਹੋਰ ਵੀ ਬਣਿਆ ਜਾ ਸਕਦਾ, ਲੇਕਿਨ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਬੱਚੇ ਨੂੰ ਉੱਧਰਲੇ ਪਾਸੇ ਨੂੰ ਕਿਵੇਂ ਲਿਜਾਣਾ। ਸਾਡੀ ਜਿਹੜੇ ਅਸੀਂ ਜਿਹੜੇ ਇੰਡੀਅਨ ਪੇਰੈਂਟਸ ਹੈਗੀਆਂ, ਸਾਡੀ ਜੇ ਕੋਈ ਬੱਚਾ ਪਲੱਸ ਟੂ ਕਰਕੇ ਉਹਨੇ ਨਹੀਂ ਕੁਛ ਕਰ ਰਿਹਾ ਤਾਂ ਸਾਨੂੰ ਇਹ ਹੁੰਦਾ ਕਿ ਹੁਣ ਅਸੀਂ ਕੀ ਕਹੀਏ ਕਿ ਕੀ ਕਰਦਾ। ਇਹ ਬਹੁਤ ਵੱਡੀ ਜਿਹੜੀ ਸਾਡੀ ਇਹ ਘਾਟ ਹੈਗੀ ਆ, ਉਹ ਕੁਛ ਵੀ ਨਹੀਂ ਕਰਦਾ, ਉਹ ਕੁਛ ਤਾਂ ਕਰ ਰਿਹਾ ਨਾ, ਜੋ ਕੁਛ ਕਰ ਰਿਹਾ ਉਹ 'ਤੇ ਪ੍ਰਾਊਡ ਕਰੋ। ਯੈਸ, ਔਰ ਚਾਹੇ ਉਹ ਪਾਰਟ ਟਾਈਮ ਜੋਬ ਕਰ ਰਿਹਾ, ਸਾਨੂੰ ਹੁੰਦਾ ਕਿ ਉਹ ਪੜ੍ਹਿਆ ਨਹੀਂ ਤਾਂ ਸਾਡੀ ਸਮਾਜ ਦੇ ਵਿੱਚ ਸਾਡੀ ਜਿਹੜੀ ਆ ਉਹ ਐਕਸੈਪਟੈਂਸ ਨਹੀਂ ਹੋ ਰਹੇਗੀ। ਕਿਉਂਕਿ ਜਿਹੜਾ ਬੰਦਾ ਇੱਕ ਦੂਸਰਾ ਕਹਿ ਰਿਹਾ ਕਿ ਮੇਰਾ ਡਾਕਟਰ ਬਣ ਗਿਆ ਬੇਟਾ, ਮੇਰੀ ਬੇਟੀ ਵਕੀਲ ਬਣ ਗਈ, ਜਿਹੜੇ ਬੱਚਿਆਂ ਦੇ ਮਾਂ ਪਿਓ ਜਾਂ ਜਿਹੜੇ ਬੱਚੇ ਨਹੀਂ ਕੁਛ ਕਰਦੇ ਉਹ ਹੋਰ ਮਾਂ ਪਿਓ ਆਪਦੇ ਆਪ ਨੂੰ ਹੀਨ ਭਾਵਨਾ ਉੱਥੇ ਉਹਨਾਂ 'ਚ ਆ ਜਾਂਦੀ, ਉਹ ਨੀਵਾਂ ਸਮਝਦੇ ਆ। ਸੋ ਜਿਹੜੀ ਅਕੈਡਮਿਕ ਐਜੂਕੇਸ਼ਨ ਆ ਉਹ ਇੰਨੀ ਜ਼ਰੂਰੀ ਨਹੀਂ ਇਹਨਾਂ ਮੁਲਕਾਂ ਦੇ ਵਿੱਚ, ਇਹ ਨਹੀਂ ਅਸੀਂ ਕਹਿੰਦੇ ਕਿ ਵੀ ਨਹੀਂ ਲੈਣੀ ਚਾਹੀਦੀ, ਲੈਣੀ ਚਾਹੀਦੀ ਆ, ਪਰ ਇੰਨੀ ਜ਼ਰੂਰੀ ਵੀ ਨਹੀਂ ਕਿ ਉਸ ਤੋਂ ਬਿਨਾਂ ਵੀ ਤੁਹਾਨੂੰ ਇੱਦਾਂ ਲੱਗਦਾ ਵੀ ਕਿ ਐਂਡ ਹੋ ਗਿਆ ਸਾਰੇ ਕਾਸੇ ਦਾ, ਨਹੀਂ। ਕਿਉਂਕਿ ਜੇ ਇੱਥੇ ਦੇਖਿਆ ਜਾਵੇ ਇੱਕ ਬੈਂਕ ਮੈਨੇਜਰ ਤੋਂ ਜਾਂ ਇੱਕ ਪ੍ਰਿੰਸੀਪਲ ਤੋਂ ਜ਼ਿਆਦਾ ਪਲੰਬਰ ਕਮਾਉਂਦਾ, ਬਿਲਕੁਲ, ਔਰ ਉਹ ਉਹਦਾ ਵੀ ਇੱਕ ਛੋਟੇ ਜਿਹੇ ਕੋਰਸਿਸ ਹੈਗੇ ਉਹ ਕਰਕੇ ਅਤੇ ਉਹਦਾ ਆਪਦਾ ਉਹ ਪਾਰਟ ਟਾਈਮ ਉਹਦੀ ਫੁੱਲ ਟਾਈਮ ਉਹਦੀ ਉਹ ਸੈਲਫ ਇੰਪਲਾਇਡ ਹੈਗਾ, ਆਪਦੀ ਉਹਦੀ ਵੈ ਨਾ ਉਹ ਕੰਮ ਕਰਦਾ, ਔਰ ਉਹ ਚਾਰ ਦਿਨ ਕਰੇ ਪੰਜ ਦਿਨ ਕਰੇ ਉਹ ਆਪਦੀ ਮਰਜ਼ੀ ਆ, ਉਹ ਬੈਟਰ ਉਹ ਨਹੀਂ ਸਾਨੂੰ ਚੰਗਾ ਲੱਗਦਾ। ਸਾਨੂੰ ਇਹਦਾ ਅਸੀਂ ਪ੍ਰਾਊਡ ਫੀਲ ਕਰਦੇ ਹਾਂ ਕਿ ਮੇਰਾ ਬੇਟਾ ਬੈਂਕ ਦੇ ਵਿੱਚ ਮੈਨੇਜਰ ਲੱਗਿਆ ਹੋਇਆ। ਸੋ ਜਿਹੜੀ ਅਕੈਡਮਿਕ ਐਜੂਕੇਸ਼ਨ ਆ ਉਹ ਜ਼ਰੂਰੀ ਹੈਗੀ ਆ, ਪਰ ਇੰਨੀ ਵੀ ਜ਼ਰੂਰੀ ਨਹੀਂ ਕਿ ਤੁਸੀਂ ਉਹ ਬੱਚੇ ਦਾ ਯਾਨੀ ਜਿਹੜੀ ਉਹਦੀ ਕਰਿਓਸਟੀ ਆ ਜਾਂ ਉਹਦੇ ਅੰਦਰ ਕੁਛ ਕਰਨ ਦੀ ਚਾਹਤ ਆ ਉਹਦਾ ਹੀ ਨਾਸ ਮਾਰ ਦਿਓ। ਬਿਲਕੁਲ। ਸੋ ਉਹਦੇ ਵਿੱਚੋਂ ਉਹਨਾਂ ਚੀਜ਼ਾਂ ਦੇ ਵਿੱਚੋਂ ਫਿਰ ਗਾਂ ਜਿਹੜੀਆਂ ਹੋਰ ਜਿਹੜੇ ਬਹੁਤ ਦੁਖਦਾਈ ਪਹਿਲੂ ਜਿਹੜੇ ਹੈਗੇ ਆ ਉਹ ਨਿਕਲਦੇ ਆ, ਖਾਸ ਕਰਕੇ ਬੱਚੇ ਦੀ ਲਾਈਫ ਦੇ ਨਾਲ ਰਿਲੇਟਡ ਜਿਹੜੀਆਂ ਗੱਲਾਂ ਹੈਗੀਆਂ। ਬਿਲਕੁਲ। ਸੋ ਇਹ ਤਾਂ ਆਪਾਂ ਬੱਚਿਆਂ ਦੀ ਪਰਵਰਿਸ਼ ਬਾਰੇ ਵੀ ਬਲਦੇਵ ਜੀ ਥੋੜ੍ਹਾ ਜਿਹਾ ਆਪਾਂ ਗੱਲਬਾਤ ਕਰੀਏ ਕਿ ਜਿਹੜੀ ਸਾਡੀ ਪਰਵਰਿਸ਼ ਕਰਨ ਦੇ ਢੰਗ ਤਰੀਕੇ ਹੈਗੇ ਆ ਬੱਚਿਆਂ ਦੇ, ਉਹ ਵੀ ਸਾਨੂੰ ਜਿਹੜੇ ਹੈਗੇ ਆ ਕਈ ਵਾਰੀ ਅਸੀਂ ਸਾਡੇ ਗਲਤ ਬਣਾਏ ਵੀ ਹੈਗੇ ਆ। ਜਿਵੇਂ ਮਿਸਾਲ ਦੇ ਤੌਰ 'ਤੇ ਵੱਡਾ ਹੋ ਕੇ ਸਿੱਖ ਲਊਗਾ ਉਹਨੂੰ ਕੁਛ ਅਸੀਂ ਕੋਈ ਰਿਸਪੋਂਸੀਬਿਲਟੀ ਵੀ ਨਹੀਂ ਦਿੰਦੇਗੇ, ਜਾਂ ਅਸੀਂ ਕਹਿੰਦੇ ਹਾਂ ਵੀ ਇਹ ਆਖੇ ਨਹੀਂ ਲੱਗਦਾ ਜਾਂ ਇਹ ਜਿੱਦੀ ਆ, ਸਾਨੂੰ ਇਹ ਪਤਾ ਹੀ ਨਹੀਂ ਕਿ ਉਹ ਆਖੇ ਕਿਉਂ ਨਹੀਂ ਲੱਗਦਾ ਜਾਂ ਜਦੋਂ ਦੀ ਕਿਵੇਂ ਤੋੜਨੀ ਆ, ਜਾਂ ਜੇ ਆਪਾਂ ਜੇ ਅਕੈਡਮਿਕ ਐਜੂਕੇਸ਼ਨ ਦੇਣੀ ਵੀ ਹੈਗੀ ਆ ਤਾਂ ਸਾਡੇ ਕੋਲ ਇਹ ਸਕਿੱਲਸ ਹੈ ਨਹੀਂ ਗੀਆਂ ਉਹਨੂੰ ਦੱਸਣ ਵਾਸਤੇ ਕਿ ਤੂੰ ਪੜ੍ਹਨਾ ਹੀ ਕਿਉਂ ਆ ਜਾਂ ਪੜ੍ਹਾਈ ਜ਼ਰੂਰੀ ਕਿਉਂ ਹੁੰਦੀ ਆ। ਸਾਡਾ ਬਸ ਇੱਕੋ ਜ਼ੋਰ ਦਿੱਤਾ ਹੋਇਆ ਕਿ ਤੂੰ ਪੜ੍ਹਨਾ। ਸੋ ਪੇਰੈਂਟਿੰਗ ਦੇ ਵਿੱਚ ਵੀ ਜਿਹੜੇ ਆਪਣੇ ਹੈਗੇ ਆ ਉੱਥੇ ਵੀ ਥੋੜ੍ਹੀ ਜਿਹੀ ਗੱਲਬਾਤ ਤੁਸੀਂ 2-3 ਮਿੰਟ ਦੇ ਵਿੱਚ ਦੱਸਿਓ ਕਿ ਸਾਡੇ ਪੇਰੈਂਟਿੰਗ ਦੇ ਕੁਛ ਕੁ ਜਿਹੜੇ ਗਲਤ ਤਰੀਕੇ ਪੰਜਾਬ ਤੋਂ ਅਪਣਾਏ ਵੇ ਆ ਅਤੇ ਇੱਥੇ ਅਸੀਂ ਉਹ ਵੀ ਲਾਗੂ ਕੀਤੇ ਵੇ ਆ ਅਤੇ ਉਹਦੇ ਨਾਲ ਫਿਰ ਬੱਚੇ ਦਾ ਖਾਸ ਕਰਕੇ ਫਿਊਚਰ ਜਿਹੜਾ ਹੈਗਾ ਉਹ ਡਾਵਾਂਡੋਲ ਹੋ ਜਾਂਦਾ। ਜੀ, ਇਹਦੇ 'ਚ ਮੈਂ ਇੱਕ ਚੀਜ਼ ਦੱਸਣੀ ਚਾਹੁੰਦਾ ਜਿਹੜੀ ਕਿ ਬਹੁਤ ਪ੍ਰੋਬਲਮੈਟਿਕ ਵਿਸ਼ਾ ਬਣਦੀ ਜਾ ਰਹੀ ਆ ਆਪਣੇ ਕਮਿਊਨਿਟੀ ਦੇ ਵਿੱਚ।
ਉਹ ਇਹ ਹੈਗੀ ਆ ਕਿ ਆਪਾਂ ਇਹ ਸੋਚਦੇ ਹਾਂ ਬੱਚਿਆਂ ਦੇ ਮਾਮਲੇ ਦੇ ਵਿੱਚ ਕਿ ਪੜ੍ਹ ਲਿਖ ਕੇ ਬੱਚਾ ਸੈੱਟ ਹੋ ਜੂਗਾ ਅਤੇ ਫਿਰ ਉਹ ਸਾਡੇ ਹਿਸਾਬ ਨਾਲ ਤੁਰ ਪਊਗਾ ਜ਼ਿੰਦਗੀ। ਲੇਕਿਨ ਅੱਜ ਕੱਲ੍ਹ ਜਿਹੜੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਕਿ ਬੱਚੇ ਮਤਲਬ ਕਿ ਬੜੇ ਵਧੀਆ ਪੜ੍ਹ ਵੀ ਜਾਂਦੇ ਆ, ਲੇਕਿਨ ਉਹ ਜਦੋਂ ਵਿਆਹ ਕਰਾਉਣ ਦੀ ਗੱਲ ਆਉਂਦੀ ਆ ਉਦੋਂ ਮਾਪਿਆਂ ਨੂੰ ਕਹਿ ਦਿੰਦੇ ਅਸੀਂ ਵਿਆਹ ਨਹੀਂ ਕਰਾਉਣਾ, ਅਸੀਂ ਇੰਝ ਹੀ ਠੀਕ ਹਾਂ, ਨਾ ਕੁੜੀਆਂ ਵਿਆਹ ਕਰਾ ਰਹੀਆਂ ਨਾ ਆਪਣੇ ਮੁੰਡੇ ਵਿਆਹ ਕਰਾ ਰਹੇ ਆ। ਸੋ ਉਹਦਾ ਫਿਰ ਬੱਚੇ ਮਾਪੇ ਕਹਿੰਦੇ ਆ ਵੀ ਅਸੀਂ ਤੁਹਾਨੂੰ ਪੜ੍ਹਾਇਆ ਲਿਖਾਇਆ ਸਾਰਾ ਕੁਛ ਕੀਤਾ ਅਤੇ ਹੁਣ ਤੁਸੀਂ ਵਿਆਹ ਕਰਾ ਲਓ, ਕਹਿੰਦੇ ਨਾ ਵਿਆਹ ਨਹੀਂ ਕਰਾਉਣਾ, ਅਸੀਂ ਇੰਝ ਹੀ ਰਹਿਣਾ। ਜਾਂ ਜੇ ਉਹ ਆਪਣਾ ਉਹ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਵੀ ਨਹੀਂ ਰਹਿਣਾ, ਅਸੀਂ ਤਾਂ ਕਿਸੇ ਹੋਰ ਜਗ੍ਹਾ 'ਤੇ ਰਹਿਣਾ। ਜਾਣੀ ਉਹ ਜਿਹੜੀ ਚੀਜ਼ ਅਸੀਂ ਕਦੇ ਸੋਚੀ ਨਹੀਂ ਸੀ, ਕਿਉਂਕਿ ਅਸੀਂ ਇਹ ਚੀਜ਼ ਗਿਵਨ ਲੈ ਲੈਂਦੇ ਹਾਂ ਕਿ ਸਾਡਾ ਬੱਚਾ ਸਾਡੇ ਕੋਲ ਹੀ ਰਹੂਗਾ, ਕਿਤੇ ਨਹੀਂ ਚੱਲਿਆ, ਖਾਸ ਕਰਕੇ ਮੁੰਡਾ ਵੀ ਉਹ ਕਿਤੇ ਨਹੀਂ ਚੱਲਿਆ। ਹੁਣ ਅਨਫੋਰਚੁਨੇਟਲੀ ਕੈਨੇਡਾ ਦੇ ਕੰਟੈਕਸਟ ਦੇ ਵਿੱਚ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਆ, ਇੱਕ ਇੰਡੀਪੈਂਡੈਂਸ। ਹਰ ਇੱਕ ਬੱਚਾ, ਹਰ ਇੱਕ ਇਨਸਾਨ ਕੈਨੇਡਾ ਦੇ ਵਿੱਚ ਇੰਡੀਪੈਂਡੈਂਸ ਭਾਲਦਾ, ਆਜ਼ਾਦੀ ਭਾਲਦਾ। ਲੇਕਿਨ ਆਪਾਂ ਜਿਹੜੇ ਸੱਭਿਆਚਾਰ 'ਚੋਂ ਆਏ ਹਾਂ ਉਹ ਇੱਕ ਦੂਜੇ 'ਤੇ ਨਿਰਭਰਤਾ ਸਿਖਾਉਂਦੇ ਆ। ਆਪਾਂ ਵੀ ਤਾਂ ਸਾਰੀ ਉਮਰ ਆਪਣੇ ਪਰਿਵਾਰ ਦੇ ਵਿੱਚ ਹੀ ਰਹੇ ਹਾਂ, ਜਿਹੜਾ ਕੁਛ ਆਪਣੇ ਫਾਦਰ ਸਾਹਿਬ ਨੇ ਜਾਂ ਗ੍ਰੈਂਡ ਫਾਦਰ ਨੇ ਕਿਹਾ ਆਪਾਂ ਕਰੀ ਗਏ, ਆਪਾਂ ਨੇ ਕੋਈ ਵਾਹਲਾ ਨਹੀਂ ਕੀਤਾ। ਜਾਂ ਉਹਨਾਂ ਨੇ ਕਹਿਤਾ ਵੀ ਤੁਸੀਂ ਤਾਂ, ਸਾਨੂੰ ਤਾਂ ਪਤਾ ਨਹੀਂਗਾ ਵੀ ਕੀ ਚੁਣਨਾ, ਪਰ ਤੁਸੀਂ ਚੁਣ ਲਓ, ਅਤੇ ਆਪਾਂ ਨੇ ਉਸ ਹਿਸਾਬ ਨਾਲ। ਲੇਕਿਨ ਕੰਟੈਕਸਟ ਤਾਂ ਫਿਰ ਵੀ ਪਰਿਵਾਰਕ ਤੌਰ 'ਤੇ ਰਿਹਾ ਨਾ, ਇੱਕ ਕਿਸਮ ਦਾ ਨਿਰਭਰਤਾ ਦਾ। ਉਸ ਕੰਟੈਕਸਟ ਦੇ ਵਿੱਚ ਕਿਉਂਕਿ ਅਸੀਂ ਇਹ ਪ੍ਰੋਬਲਮ ਹਜੇ ਸੋਲਵ ਨਹੀਂ ਕੀਤੀ ਕਿ ਕਿਵੇਂ, ਕਦੋਂ ਅਸੀਂ ਨਿਰਭਰ ਰਹਿਣਾ, ਕਦੋਂ ਆਜ਼ਾਦ ਰਹਿਣਾ। ਹੁਣ ਜਾਂ ਤਾਂ ਸਾਡੇ ਬੱਚੇ ਬਹੁਤਾ ਜ਼ਿਆਦਾ ਹੀ ਨਿਰਭਰ ਆ ਅਤੇ ਉਹਨਾਂ ਦੇ ਵੀ ਫਿਰ ਕਲੇਸ਼ ਹੁੰਦਾ ਤਾਂ ਵਿਆਹ ਟੁੱਟ ਜਾਂਦਾ, ਕਿਉਂਕਿ ਬਹੁਤ ਜ਼ਿਆਦਾ ਇੰਟਰਫੀਅਰੈਂਸ ਹੁੰਦੀ ਹੈ ਪੇਰੈਂਟਸ ਦੀ, ਜਾਂ ਦੂਸਰੇ ਪਾਸੇ ਆ ਕਿ ਬੱਚੇ ਹੁਣ ਵਿਆਹ ਨਹੀਂ ਕਰਾ ਰਹੇ। ਸੋ ਇੱਕ ਪਾਸੇ ਬਹੁਤ ਜ਼ਿਆਦਾ ਇੰਡੀਪੈਂਡੈਂਸ ਕਰਕੇ ਵੀ ਪਰਿਵਾਰ ਨਹੀਂ ਉਹ ਬਚ ਰਿਹਾ, ਅਤੇ ਜਾਂ ਬਹੁਤ ਜ਼ਿਆਦਾ ਨਿਰਭਰਤਾ ਕਰਕੇ ਵੀ ਪਰਿਵਾਰ ਨਹੀਂ ਬਚ ਰਿਹਾ। ਸੋ ਈਦਰ ਜਿਹੜੀਆਂ ਇਹ ਐਕਸਟ੍ਰੀਮਸ ਆ, ਇਹਦੀ ਵੀ ਬੜੀ ਪ੍ਰੋਬਲਮ ਇੱਕ ਤਾਂ ਸਾਹਮਣੇ ਆ ਰਹੀ ਆ, ਆਪਾਂ ਨੂੰ ਹੁਣ ਇਹ ਦੇਖਣਾ ਪਊਗਾ ਵੀ ਆਪਾਂ ਕਿਸ ਤਰੀਕੇ ਨਾਲ ਕਰਦੇ ਹਾਂ। ਜਿਹੜੀ ਤੀਜੀ ਚੀਜ਼ ਆ ਜਿਹੜੀ ਪਰਵਰਿਸ਼ ਦੇ ਵਿੱਚ ਆਉਂਦੀ ਆ, ਬੱਚਿਆਂ ਦੇ ਪਰਵਰਿਸ਼ ਦੇ ਵਿੱਚ ਜਿਹੜੀ ਮਾਪਿਆਂ ਨੂੰ ਆ, ਉਹ ਇਹ ਆ ਕਿ ਅੱਜ ਕੱਲ੍ਹ ਜਿਸ ਹਿਸਾਬ ਨਾਲ ਆਪਾਂ ਪੇਰੈਂਟਿੰਗ ਹੋ ਰਹੀ ਆ ਉਹਦੇ ਵਿੱਚ ਜਿਹੜਾ ਸਾਰਿਆਂ ਨੂੰ ਜਿਹੜੀ ਡਿਫੀਕਲਟੀ ਆ ਰਹੀ ਆ, ਉਹ ਸਾਰੀ ਜਿਹੜੀ ਡਿਫੀਕਲਟੀ ਆ ਉਹ ਹੈਗੀ ਆ ਟੈਕਨੋਲੋਜੀ ਦੀ। ਉਹ ਜਿਹੜਾ ਟੈਕਨੋਲੋਜੀ ਹੈਗੀ ਆ, ਜਿਹੜਾ ਇੰਟਰਨੈੱਟ ਹੈਗਾ, ਜਿਹੜਾ ਆਈਪੈਡ ਹੈਗਾ, ਜਿਹੜੀਆਂ ਸਾਰੀਆਂ ਚੀਜ਼ਾਂ, ਉਹਦੇ ਨਾਲ ਆਪਣੇ ਪੇਰੈਂਟਸ ਨੂੰ ਉਨੀ ਇਨਫੋਰਮੇਸ਼ਨ ਨਹੀਂ ਗੀ ਜਿੰਨੀ ਇਨਫੋਰਮੇਸ਼ਨ ਗੋਰਿਆਂ ਦੇ ਪੇਰੈਂਟਸ ਨੂੰ ਆ, ਕਿਉਂਕਿ ਉਹ ਬਹੁਤ ਜ਼ਿਆਦਾ ਉਸ ਚੀਜ਼ 'ਚ ਵਿਚਰਦੇ ਆ। ਆਪਣੇ ਪੇਰੈਂਟਸ ਇੱਕ ਤਾਂ ਆਪ ਘੱਟ ਟੈਕਨੋਲੋਜੀ ਦੀ ਵਰਤੋਂ ਕਰਦੇ ਆ, ਦੂਸਰਾ ਜੇ ਉਹ ਕਰਦੇ ਵੀ ਆ ਤਾਂ ਉਹਨਾਂ ਨੂੰ ਉਨਾ ਨਹੀਂ ਟੈਕਨੋਲੋਜੀ ਬਾਰੇ ਨੌਲੇਜ ਜਿੰਨਾ ਉਹਨਾਂ ਨੂੰ ਹੋਣਾ ਚਾਹੀਦਾ। ਉਸ ਸੈਂਸ ਦੇ ਵਿੱਚ ਆਪਣੀ ਜਿਹੜੀ ਟੈਕਨੋਲੋਜੀ ਦੇ ਰਿਲੇਟਡ ਜਿਹੜੀਆਂ ਮੁਸ਼ਕਲਾਂ ਆਪਣੇ ਪਰਿਵਾਰ ਦੇ ਵਿੱਚ ਆ ਰਹੀਆਂ, ਬੱਚਿਆਂ ਨੂੰ ਆ ਰਹੀਆਂ, ਉਹਦੇ ਵਾਸਤੇ ਮੈਂ ਚਾਹੂੰਗਾ ਕਿ ਜਿਹੜੇ ਆਪਣੇ ਇਹ ਪ੍ਰੋਗਰਾਮ ਦੇਖ ਰਹੇ ਆ, ਸੁਣ ਰਹੇ ਆ, ਉਹ ਪਲੀਜ਼ ਆਪਣੇ ਟੈਕਨੋਲੋਜੀ ਬਾਰੇ ਥੋੜ੍ਹਾ ਜਿਹਾ ਜ਼ਿਆਦਾ ਧਿਆਨ ਦੇਣ, ਕਿਉਂਕਿ ਬੱਚਿਆਂ ਨੇ ਤਾਂ ਹੋਰ ਵੀ ਜ਼ਿਆਦਾ ਟੈਕਨੋਲੋਜੀ ਕੰਨੀ ਨੂੰ ਜਾਣਾ। ਤੁਸੀਂ ਐਸੇ ਮਾਪੇ ਕਿਵੇਂ ਰੋਕਥਾਮ ਕਰਨੀ ਆ, ਕਿਵੇਂ ਉਹਨਾਂ ਨੂੰ ਕਹਿਣਾ ਵੀ ਬਸ ਇੰਨਾ ਹੀ ਬਹੁਤ ਆ, ਉਹ ਤੁਹਾਡੇ 'ਤੇ ਡਿਪੈਂਡ ਕਰਦਾ। ਪਰ ਜਦੋਂ ਤੁਸੀਂ ਕਹਿੰਦੇ ਹੋ ਔਰ ਉਹ ਤੁਹਾਨੂੰ ਪੁਸ਼ ਕਰਦੇ ਆ ਵੀ ਨਹੀਂ ਇਹਦੇ ਨਾਲ ਕੁਛ ਨਹੀਂ ਹੁੰਦਾ, ਤੁਹਾਡੇ ਕੋਲ ਕੋਈ ਜਵਾਬ ਨਹੀਂ ਗਾ, ਤਾਂ ਫਿਰ ਚਾਂਸਿਸ ਹੈਗੇ ਕਿ ਤੁਹਾਡਾ ਬੱਚਾ ਜ਼ਿਆਦਾ ਦੀ ਜ਼ਿਆਦਾ ਉਸ ਟੈਕਨੋਲੋਜੀ ਕੰਨੀ ਹੋਈ ਜਾਊਗਾ ਅਤੇ ਤੁਹਾਡੀਆਂ ਗੱਲਾਂ ਘੱਟ ਮੰਨੂਗਾ। ਉਸ ਸੈਂਸ ਦੇ ਵਿੱਚ ਮੈਂ ਚਾਹੁੰਦਾ ਵੀ ਥੋੜ੍ਹੇ ਜਿਹੇ ਜਿਹੜੀ ਪੇਰੈਂਟਿੰਗ ਆ ਉਹਦੇ ਬਾਰੇ ਥੋੜ੍ਹਾ ਜਿਹਾ ਜ਼ਰੂਰ ਸਿੱਖਣ ਆਪਣੇ ਮਾਪੇ। ਜੀ ਬਿਲਕੁਲ। ਔਰ ਇਸ ਤੋਂ ਅੱਗੇ ਜਿਹੜਾ ਇੱਕ ਪਹਿਲੂ ਇੱਕ ਹੋਰ ਵੀ ਹੈਗਾ ਕਿ ਜਦੋਂ ਅਸੀਂ ਕੰਮ ਬਹੁਤ ਜ਼ਿਆਦਾ ਕਰਦੇ ਹਾਂ, ਸਾਡਾ ਜਿਹੜਾ ਲਾਈਫ ਸਟਾਈਲ ਹੈਗਾ ਉਹ ਅਸੀਂ ਥੋੜ੍ਹਾ ਜਿਹਾ ਇੱਥੇ ਮਹਿੰਗਾ ਅਪਣਾਇਆ, ਜਾਂ ਕਈ ਵਾਰੀ ਅਸੀਂ ਦੇਖਾ ਦੇਖੀ ਜਾਣੀ ਸਾਨੂੰ ਐਡੇ ਵੱਡੇ ਘਰ ਦੀ ਲੋੜ ਵੀ ਨਹੀਂ, ਸਾਡੇ ਵੱਡੇ ਘਰ ਲਏ ਹੋਏ ਨੇ, ਮਹਿੰਗੀਆਂ ਗੱਡੀਆਂ ਲਈਆਂ ਨੇ, ਉਹ ਜਿਹੜੇ ਖਰਚੇ ਹੈਗੇ ਉਹਨਾਂ ਨੂੰ ਪੂਰੇ ਕਰਨ ਵਾਸਤੇ ਹਸਬੈਂਡ ਵਾਈਫ ਜਿਹੜੇ ਹੈਗੇ ਉਹ ਦੋਨੋਂ ਡਬਲ ਡਬਲ ਜੋਬਾਂ ਉਹਨਾਂ ਨੂੰ ਕਰਨੀਆਂ ਪੈਂਦੀਆਂ ਹੈਗੀਆਂ। ਸੋ ਲਾਈਫ ਸਟਾਈਲ ਬਾਰੇ ਕੁਛ ਮਾੜਾ ਜਿਹਾ ਦੱਸੋ, ਕਿਉਂਕਿ ਇੰਡੀਆ ਦੇ ਵਿੱਚ ਸਾਡਾ ਜਿਹੜਾ ਲਾਈਫ ਸਟਾਈਲ ਆ ਉਹ ਥੋੜ੍ਹਾ ਟੋਟਲੀ ਡਿਫਰੈਂਟ ਹੁੰਦਾ। ਇੱਥੇ ਜਦੋਂ ਅਸੀਂ ਆ ਜਾਂਦੇ ਹਾਂ ਹਰ ਇੱਕ ਚੀਜ਼ ਸਾਡੇ ਕੋਲ ਮੁੱਲ ਦੀ ਸਾਨੂੰ ਲੈਣੀ ਪੈਂਦੀ ਆ, ਔਰ ਕਿਉਂਕਿ ਉੱਥੇ ਸਾਡੇ ਕੋਲ ਚੋਇਸ ਨਹੀਂ ਹੁੰਦੀ ਕਿ ਅਸੀਂ ਘਰ ਕਿਤੇ ਹੋਰ ਲੈ ਲਈਏ, ਅਸੀਂ ਜੇ ਇੱਕ ਪਿੰਡ 'ਚ ਰਹਿੰਦੇ ਹਾਂ ਤਾਂ ਉਸੇ ਨੂੰ ਠੀਕ ਠੂਕ ਕਰਕੇ ਜਾਂ ਉਸੇ ਨੂੰ ਅਸੀਂ ਰਿਪੇਅਰ ਕਰਕੇ ਜਾਂ ਉਸੇ ਨੂੰ ਥੋੜ੍ਹਾ ਜਿਹਾ ਵਧੀਆ ਬਣਾ ਕੇ ਉਸੇ 'ਚ ਹੀ ਰਹੀ ਜਾਣਾ। ਬਿਲਕੁਲ। ਪਰ ਇੱਥੇ ਜਦੋਂ ਅਸੀਂ ਵੇਖਦੇ ਹਾਂ ਕਿ ਫਲਾਂ ਦੇ ਉਹਦਾ ਐਡਾ ਵੱਡਾ ਘਰ ਆ ਅਤੇ ਮੈਂ ਵੀ ਲੈਣਾ, ਮੈਨੂੰ ਲੋੜ ਤਾਂ ਹੈ ਨਹੀਂ, ਪਰ ਉਹ ਮੈਂ ਜਿਹੜਾ ਪਰ ਲਾਈਫ ਸਟਾਈਲ ਜੇ ਮੈਂ ਉਹਨੂੰ ਦੇਖ ਕੇ ਉਹ ਅਪਣਾ ਰਿਹਾ ਤਾਂ ਉਹ ਜਿਹੜਾ ਲਾਈਫ ਸਟਾਈਲ ਵੀ ਕਈ ਵਾਰੀ ਜਿਹੜਾ ਸਾਨੂੰ ਗਲਤ ਪਾਸੇ ਨੂੰ ਜਾਂ ਅਡਿਕਸ਼ਨ ਵੱਲ ਨੂੰ ਜਾਂ ਮੈਂਟਲ ਹੈਲਥ ਇਸ਼ੂਜ਼ ਵੱਲ ਨੂੰ ਲੈ ਕੇ ਜਾਂਦਾ, ਅਤੇ ਉਹਦੇ ਵਿੱਚੋਂ ਜਿਹੜੀਆਂ ਸਾਡੇ ਸਿਹਤ ਸੰਬੰਧੀ ਜਿਹੜੀਆਂ ਪ੍ਰੋਬਲਮਸ ਆ ਉਹ ਨਿਕਲਦੀਆਂ। ਇਹ ਥੋੜ੍ਹਾ ਜਿਹਾ ਲਾਈਫ ਸਟਾਈਲ ਬਾਰੇ, ਅਤੇ ਉਸ ਤੋਂ ਬਾਅਦ ਜਿਹੜੀ ਮੈਂ ਸਿਹਤ ਦੇ ਸੰਬੰਧੀ ਆਪਣੀਆਂ ਗੱਲਬਾਤ ਆਪਾਂ ਕਰਾਂਗੇ ਕਿ ਅਸੀਂ ਉਸ ਚੀਜ਼ 'ਤੇ ਵੀ ਅਵੇਸਲੇ ਹਾਂ, ਸਾਡਾ ਡਾਕਟਰ ਕੋਈ ਨਹੀਂ ਕਈਆਂ ਦਾ,
ਅਸੀਂ ਕੰਮ ਨੂੰ ਤਰਜੀਹ ਦਿੰਦੇ ਹਾਂ। ਜੇ ਸਾਨੂੰ ਬੁਖਾਰ ਹੋਵੇ ਅਸੀਂ ਛੁੱਟੀ ਨਹੀਂ ਕਰਨੀ, ਜੇ ਅਸੀਂ 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 ਜਿਵੇਂ ਕਹਿੰਦੇ ਹਾਂ ਵੀ ਅਸੀਂ ਬੈੱਡ 'ਚੋਂ ਸਾਨੂੰ ਉੱਠਣ ਵਾਸਤੇ ਮਨਾ ਕੀਤਾ ਗਿਆ ਪਰ ਅਸੀਂ ਕੰਮ ਕਰੇ ਆਉਣਾ ਜਾ ਕੇ, ਬਿਲਕੁਲ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਵੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ। ਸੋ ਇਹ ਸਾਰੀਆਂ ਚੀਜ਼ਾਂ ਲਾਈਫ ਸਟਾਈਲ ਦੇ ਨਾਲ ਰਿਲੇਟਡ ਹੈਗੀਆਂ। ਥੋੜ੍ਹਾ ਜਿਹਾ ਲਾਈਫ ਸਟਾਈਲ ਬਾਰੇ, ਕਿਵੇਂ ਲਾਈਫ ਸਟਾਈਲ ਡਿਫਰੈਂਟ ਆ ਇੱਥੇ ਜਾਂ ਕਿਵੇਂ ਸਾਡਾ ਮਹਿੰਗਾ ਲਾਈਫ ਸਟਾਈਲ ਅਪਣਾਇਆ ਹੋਇਆ, ਨੰਬਰ ਇੱਕ। ਨੰਬਰ ਦੋ 'ਤੇ ਸਿਹਤ ਸੰਬੰਧੀ ਜਿਹੜੀ ਗੱਲਬਾਤ ਹੈਗੀ ਉਹ ਤੋਂ ਅਸੀਂ ਬਹੁਤ ਪਿਛਾਂ ਹੈਗੇ ਹਾਂ। ਅਸੀਂ ਚੈੱਕਅਪ ਨਹੀਂ ਕਰਵਾਉਣੇ, ਅਸੀਂ ਡਾਕਟਰ ਕੋਲ ਨਹੀਂ ਜਾਣਾ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਸੀ, ਬਹੁਤ ਸਾਰੇ ਵੀਰਾਂ ਦਾ ਡਾਕਟਰ ਹੀ ਹੈ ਨਹੀਂ। ਜਦੋਂ ਆਪਣੇ ਕੋਲ ਆਉਂਦੇ ਪੁੱਛੀ ਦਾ ਤੁਹਾਡਾ ਫੈਮਿਲੀ ਡਾਕਟਰ, ਉਹ ਤਾਂ ਜੀ ਲੋੜ ਹੀ ਨਹੀਂ ਪਈ। ਹਾਂਜੀ। ਸੋ ਜਿਹੜੀਆਂ ਇਹ ਮਿਸਟੇਕਸ ਹੈਗੀਆਂ ਇਹ ਸਾਨੂੰ ਕਈ ਵਾਰੀ ਫਿਰ ਭਾਰੀ ਪੈਂਦੀਆਂ, ਬਹੁਤ ਮਹਿੰਗਾ ਪੈਂਦਾ ਜੀ। ਸੋ ਜਿਹੜਾ ਪਹਿਲਾਂ ਆਪਾਂ ਲਾਈਫ ਸਟਾਈਲ 'ਤੇ ਥੋੜ੍ਹਾ ਜਿਹਾ ਮੈਂ ਕਰਦਾ, ਉਹਦੇ ਵਿੱਚ ਆਪਾਂ ਨੇ ਕੋਈ ਚੀਜ਼ਾਂ ਨਾ ਸੀਮਤ ਨਹੀਂ ਰੱਖੀਆਂ ਜੀ। ਆਪਾਂ ਕੋਈ ਕੋਈ ਲਾਈਨ ਨਹੀਂ ਲਾਈ ਵੀ ਬਸ ਮੇਰਾ, ਮੈਂ ਇੱਥੋਂ ਕੁ ਤੱਕ ਸੀਮਤ ਹਾਂ, ਮੈਂ ਖੁਸ਼ ਹਾਂ, ਮੈਂ ਪਰਿਵਾਰ 'ਚ ਰਾਜ਼ੀ ਖੁਸ਼ੀ ਹਾਂ, ਆਹ ਮੇਰਾ ਦਾਇਰਾ, ਆਹ ਇੱਥੇ ਕੁ ਤੱਕ ਮੈਂ ਰੱਖਣਾ। ਆਪਣਾ ਜਿਹੜਾ ਉਹ ਦਾਇਰਾ ਜਿਹੜਾ ਉਹ ਆਪਾਂ ਲਾਈਫ ਸਟਾਈਲ ਦਾ ਰੱਖਿਆ, ਉਹ ਉਸ ਨੂੰ ਆਪਾਂ ਨੇ ਸਮਝ ਨਹੀਂ ਸਕੇ। ਆਪਾਂ ਕੈਨੇਡੀਅਨ ਕੋਂਟੈਕਸਟ ਦੇ ਵਿੱਚ ਆਪਾਂ ਨਹੀਂ ਸਮਝ ਸਕੇ। ਜਦੋਂ ਆਪਾਂ ਕੈਨੇਡਾ ਦੇ ਵਿੱਚ ਆਉਂਦੇ ਸੀ ਔਰ ਆਪਾਂ ਦੇਖਦੇ ਸੀਗੇ ਕਿ ਇੱਥੋਂ ਦੇ ਲੋਕ ਜਿਹੜੇ ਕੈਨੇਡਾ 'ਚ ਕਾਫੀ ਸਾਲਾਂ ਤੋਂ ਰਹਿ ਰਹੇ ਆ, ਉਹ ਸਿਰਫ 5 ਦਿਨ ਕੰਮ ਕਰਦੇ ਆ। ਸਾਨੂੰ ਇਹ ਸਮਝ ਨਹੀਂ ਸੀ ਆਉਂਦੀ ਵੀ ਇਹ 5 ਦਿਨ ਹੀ ਕਿਉਂ ਕੰਮ ਕਰਦੇ, ਆਪਾਂ ਤਾਂ 7 ਦਿਨ ਕਰ ਲੈਂਦੇ ਹਾਂ, ਨਾਲੇ ਟਾਈਮ ਐਂਡ ਹਾਫ ਮਿਲਦਾ। ਉਹ ਜਿਹੜਾ ਕੋਂਟੈਕਟ ਸੀਗਾ, ਹੁਣ ਸਮਝ ਆਉਂਦਾ ਵੀ ਉਹ ਇਹ ਸਟ੍ਰੈਸ ਤੋਂ ਬਚਦੇ। ਇਹ ਕਹਿੰਦੇ ਵੀ ਅਸੀਂ ਲੰਬਾ ਕੰਮ ਕਰਨਾ ਅਤੇ ਸਾਨੂੰ ਕੋਈ ਛੇਤੀ ਜਾਣੀ ਕਰਨ ਦੀ ਲੋੜ ਨਹੀਂ ਜੀ। ਆਪਣਾ ਡਿਫਰੈਂਟ ਸੀਗਾ, ਆਪਾਂ ਨੂੰ ਹੁੰਦਾ ਸੀਗਾ ਕਿ ਆਪਾਂ ਥੋੜ੍ਹੇ ਟਾਈਮ ਦੇ ਵਿੱਚ ਆਪਣੇ ਆਪ ਨੂੰ ਅਸਟੈਬਲਿਸ਼ ਕਰਨਾ ਜੀ। ਉਹ ਜਿਹੜੀ ਅਸਟੈਬਲਿਸ਼ ਆ ਉਹਦੇ ਸਰਟਨ ਸਾਨੂੰ ਬਾਅਦ 'ਚ ਪਤਾ ਲੱਗਿਆ। ਉਦੋਂ ਤਾਂ ਆਪਾਂ ਨੇ ਇਹ ਡਿਸੀਜਨ ਕਰ ਲਏ ਕਿ ਅਸੀਂ 10 ਸਾਲਾਂ 'ਚ ਘਰ ਫਰੀ ਕਰ ਦੇਣਾ ਜਾਂ 5 ਸਾਲਾਂ 'ਚ ਘਰ ਫਰੀ ਕਰ ਦੇਣਾ ਜਾਂ ਅਸੀਂ ਦੱਬ ਕੇ ਮਿਹਨਤ ਕਰਨੀ ਆ। ਕਈ ਤੁਸੀਂ ਨੋਟ ਕੀਤਾ ਹੋਣਾ, ਕਈ ਆਪਣੇ ਛੋਟੇ ਬੱਚਿਆਂ ਨੂੰ ਇੰਡੀਆ ਛੱਡੇ ਆਉਂਦੇ ਸੀ ਜੀ, ਬਈ ਤੂੰ ਉੱਥੇ ਰਹਿ ਅਤੇ ਅਸੀਂ 3-4 ਸਾਲ ਹਸਬੈਂਡ ਵਾਈਫ ਦੱਬ ਕੇ ਮਿਹਨਤ ਕਰਕੇ ਅਤੇ ਘਰ ਪੇ ਆਫ ਕਰ ਦਈਏ 4-5 ਸਾਲਾਂ 'ਚ। ਲੇਕਿਨ ਉਹਦੇ ਜਿਹੜੇ ਕੋਨਸੀਕੁਐਂਸਿਸ, ਉਹ ਤਾਂ ਫਿਰ 10 ਸਾਲਾਂ ਬਾਅਦ ਪਤਾ ਲੱਗੇ ਨਾ ਵੀ ਕੀ ਕੋਨਸੀਕੁਐਂਸਿਸ ਹੈ ਜਦੋਂ ਤੁਸੀਂ ਬਹੁਤ ਜ਼ਿਆਦਾ ਕੰਮ ਕਰਦੇ ਹੋ। ਉਹ ਜਦੋਂ ਉਹ ਜਿਹੜੀਆਂ ਕੋਨਸੀਕੁਐਂਸਿਸ ਸੀ ਉਹ ਆਪਣੇ ਲਾਈਫ ਸਟਾਈਲ ਨਾਲ ਜੁੜੇ ਹੋਏ ਸੀ, ਸਾਡੇ ਡਿਸੀਜਨ ਮੇਕਿੰਗ ਨਾਲ ਵੀ ਅਸੀਂ ਨਿਰਣਾ ਕਿਵੇਂ ਲੈਂਦੇ ਹਾਂ। ਜੇ ਮੈਂ ਨਿਰਣਾ ਇਹ ਲੈਣਾ ਕਿ ਮੈਂ 24 ਘੰਟੇ ਕੰਮ ਕਰਨਾ, ਮੈਂ ਆਹ ਚੀਜ਼ ਛੇਤੀ ਪੇ ਆਫ ਕਰ ਦੇਣੀ ਆ, ਉਹ ਤੁਸੀਂ ਕਰ ਤਾਂ ਸਕਦੇ ਹੋ ਜਵਾਨੀ 'ਚ, ਲੇਕਿਨ ਉਹ ਜਵਾਨੀ ਵੇਲੇ ਫਿਰ ਉਹ ਜਿਹੜਾ ਸਰੀਰ ਦੇ ਉੱਤੇ ਹਮਲਾ ਹੁੰਦਾ ਥਕਾਵਟ ਦਾ, ਉਹ ਫਿਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਾਹਰ ਆਉਂਦਾ। ਚਾਹੇ ਉਹ ਜੋੜਾਂ ਦਾ ਦਰਦ ਹੋਵੇ, ਚਾਹੇ ਉਹ ਤੁਹਾਡਾ ਬਲੱਡ ਪ੍ਰੈਸ਼ਰ ਦੇ ਥਰੂ ਹੋਵੇ, ਚਾਹੇ ਉਹ ਤੁਹਾਡਾ ਮਾਨਸਿਕ ਰੋਗਾਂ ਦੇ ਥਰੂ ਹੋਵੇ, ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਫਿਰ ਬਾਹਰ ਜ਼ਰੂਰ ਆਉਂਦਾ। ਬਿਲਕੁਲ। ਉਸ ਸੈਂਸ ਦੇ ਵਿੱਚ ਮੇਰਾ ਜਿੱਥੇ ਤੱਕ ਖਿਆਲ ਆ ਕਿ ਜਿਹੜਾ ਲਾਈਫ ਸਟਾਈਲ ਆ ਖਾਸ ਕਰਕੇ ਕੈਨੇਡਾ ਦਾ, ਇਹ ਬੜੀ ਸਪੀਡ ਦੇ ਨਾਲ ਇਹ ਸਮਾਜ ਚੱਲਦਾ। ਇੱਥੇ ਕੋਈ ਪਤਾ ਨਹੀਂ ਲੱਗਦਾ ਕਦੋਂ ਸਵੇਰ ਹੋ ਜਾਂਦੀ ਆ, ਕਦੋਂ ਸ਼ਾਮ ਹੋ ਜਾਂਦੀ ਆ। ਫਿਰ ਤੁਹਾਡੇ ਸਲਟਨ ਟਾਈਮ ਆ, ਸਲਟਨ ਟਾਈਮ ਦੇ ਵਿੱਚ ਤੁਸੀਂ ਸਲਟਨ ਕੰਮ ਕਰਨੇ ਆ, ਉਹ ਕੰਮ ਕੀਤੇ ਬਿਨਾਂ ਤੁਹਾਡੇ ਤੋਂ ਰਹਿ ਨਹੀਂ ਹੁੰਦਾ। ਕਈ ਵਾਰੀ ਤੁਸੀਂ ਇੰਨੇ ਬਿਜ਼ੀ ਹੋ ਜਾਂਦੇ ਆ, ਤੁਹਾਡੇ ਕੋਲੋਂ ਮਤਲਬ ਕਿ ਔਨਲਾਈਨ ਬਿੱਲ ਨਹੀਂ ਪੇ ਕੇ ਕਰ ਹੁੰਦਾ, ਜਾਣੀ ਇੰਨੀ ਬਿਜ਼ੀ ਤੁਹਾਨੂੰ ਇਹਨਾਂ ਨੇ ਕੀਤਾ ਹੋਇਆ ਹੈ ਸੋਸਾਇਟੀ ਨੇ। ਸੋ ਉਸ ਸੈਂਸ ਦੇ ਵਿੱਚ ਜਦੋਂ ਜਵਾਨ ਹੁੰਦੇ ਹਾਂ ਉਦੋਂ ਤਾਂ ਆਪਾਂ ਸਹਿ ਜਾਂਦੇ ਹਾਂ ਸਟ੍ਰੈਸ, ਲੇਕਿਨ ਜਿਉਂ ਜਿਉਂ ਆਪਣੀ 50 ਦੇ ਕਰੀਬ ਆਪਣੀ ਜ਼ਿੰਦਗੀ ਆਉਂਦੀ ਆ ਅਤੇ ਜਿਹੜੇ ਅਖੀਰਲੇ 65 ਸਾਲ ਤੱਕ ਅਖੀਰਲੇ 10-12 ਸਾਲ ਹੁੰਦੇ ਆ, ਉਦੋਂ ਫਿਰ ਆਪਣਾ ਸਰੀਰ ਆਪਾਂ ਨੂੰ ਦੱਸਣ ਲੱਗ ਜਾਂਦਾ ਵੀ ਹੁਣ ਤੂੰ ਸਲੋਅ ਹੋ ਜਾ। ਲੇਕਿਨ ਕਿਉਂਕਿ ਲਾਈਫ ਸਟਾਈਲ ਹਜੇ ਆਪਣਾ ਉਸ ਤਰੀਕੇ ਨਾਲ ਆ ਅਤੇ ਉਸ ਉਮਰ ਦੇ ਵਿੱਚ ਜਾ ਕੇ ਬੱਚਾ ਨੌਜਵਾਨ ਹੁੰਦਾ, ਉਦੋਂ ਫਿਰ ਸਾਨੂੰ ਫਿਕਰ ਪੈਂਦਾ ਵੀ ਅਸੀਂ ਇਹਦੀ ਤਨਖਾਹ ਇਹਦੀ ਯੂਨੀਵਰਸਿਟੀ ਦਾ ਵੀ ਬਿੱਲ ਪੇ ਕਰਨਾ, ਚੱਲ ਕੋਈ ਨਹੀਂ ਔਖੇ ਸੌਖੇ ਹੋ ਕੇ ਲਾ ਲੈਂਦੇ ਹਾਂ। ਅਤੇ ਅਸੀਂ ਫਿਰ ਆਪਣਾ ਜਿਹੜਾ ਡਿਸੀਜਨ ਆ ਵੀ ਬੱਚਾ ਕਿਉਂ ਨਹੀਂ ਖੁਦ ਆਪਣੀ ਜ਼ਿੰਦਗੀ ਉਲੀਕ ਸਕਦਾ, ਉਹ ਜਿਹੜੇ ਸਾਰਾ ਨਿਰਣਾ ਲੈਣਾ ਉਹ ਸਾਡੇ ਲਾਈਫ ਸਟਾਈਲ ਦੇ ਨਾਲ ਸੰਬੰਧਿਤ ਆ। ਅਸੀਂ ਬੱਚੇ ਦੇ ਉੱਤੇ ਜਾਣੀ ਭਾਰ ਨਹੀਂ ਪਾਉਣਾ ਚਾਹੁੰਦੇ, ਅਸੀਂ ਬੱਚੇ ਨੂੰ ਸਾਰਾ ਕੁਛ ਰੈਡੀਮੇਡ ਦੇਣਾ ਚਾਹੁੰਦੇ ਹਾਂ ਵੀ ਤੂੰ ਪੜ੍ਹ ਲਾ, ਚਾਹੇ ਸਾਨੂੰ ਕੁਛ ਵੀ ਕਰਨਾ ਪਵੇ ਤੂੰ ਇਹਦਾ ਨਾ ਫਿਕਰ ਕਰ, ਪਰ ਤੂੰ ਇੱਕ ਵਾਰੀ ਪੜ੍ਹ ਲਾ। ਉਹ ਜਿਹੜਾ ਸਾਰਾ ਕੋਨਸੈਪਟ ਆ ਉਹ ਸਾਡੇ ਲਾਈਫ ਸਟਾਈਲ 'ਚੋਂ ਨਿਕਲਦਾ। ਕੰਪੈਰੇਟਿਵਲੀ ਜੇ ਤੁਸੀਂ ਕੈਨੇਡੀਅਨ ਸੋਸਾਇਟੀ ਨੂੰ ਦੇਖੋ, ਇਹ ਆਏ ਨਹੀਂ ਕਰਦੇ, ਇਹ ਕਹਿੰਦੇ ਵੀ ਬੱਚੇ ਤੂੰ ਪੜ੍ਹਨਾ ਬੇ ਪੁੱਤ, ਹਾਂਜੀ ਪੜ੍ਹਨਾ, ਓਕੇ ਮੈਂ ਅੱਧੀ ਫੀਸ ਮੈਂ ਦਊਂ, ਅੱਧੀ ਤੂੰ ਕਰ, ਤੂੰ ਭਾਵਾਂ ਕੰਮ ਕਰ, ਭਾਵਾਂ ਤੂੰ ਵੇਟਰ ਬਣ, ਭਾਵਾਂ ਤੂੰ ਕੁਛ ਕਰ, ਪਰ ਤੈਨੂੰ ਪਤਾ ਹੋਣਾ ਚਾਹੀਦਾ ਵੀ ਜ਼ਿੰਦਗੀ ਕਿੱਥੇ ਖੜੀ ਆ। ਔਰ ਇਹ ਬੜੇ ਵਧੀਆ ਤਰੀਕੇ ਨਾਲ ਇਹਨਾਂ ਦੇ ਬੱਚੇ ਵੀ ਦੇਖ ਲਓ ਪੜ੍ਹ ਜਾਂਦੇ ਆ, ਕੋਈ ਜ਼ਰੂਰੀ ਨਹੀਂ, ਕੁਛ ਬੱਚੇ ਆਪਣੇ ਵੀ ਪੜ੍ਹ ਜਾਂਦੇ ਆ, ਕੁਛ ਉਹਨਾਂ ਦੇ ਵੀ ਪੜ੍ਹ ਜਾਂਦੇ ਆ। ਸੋ ਗਿਵਨ ਟੇਕ ਕਰਕੇ ਆਪਣੇ ਜਿਹੜਾ ਜਿਹੜਾ ਆਪਣੀ ਸਿਹਤ ਨਾਲ ਜਿਹੜਾ ਆਪਣੇ ਅੰਕੜੇ ਸਾਹਮਣੇ ਆਏ ਆ,
ਉਹ ਅੰਕੜੇ ਆਪਣੇ ਸਿਹਤ ਦੇ ਰਿਲੇਟਡ ਇਹ ਆ ਨਿਰਲੇਪ ਜੀ ਕਿ ਸਾਰਿਆਂ ਨਾਲੋਂ ਜ਼ਿਆਦਾ ਡਾਇਬੀਟਸ ਆਪਣੀ ਕਮਿਊਨਿਟੀ ਨੂੰ, ਸਾਰਿਆਂ ਨਾਲੋਂ ਜ਼ਿਆਦਾ ਹਾਰਟ ਅਟੈਕ ਆਪਣੀ ਕਮਿਊਨਿਟੀ ਨੂੰ ਹੁੰਦੇ ਆ, ਸਾਰਿਆਂ ਨਾਲੋਂ ਘੱਟ ਕੈਂਸਰ ਦੀ ਚੈੱਕਅਪ ਆਪਾਂ ਕਰਾਉਂਦੇ ਹਾਂ। ਆਹ ਜਿਹੜੇ ਤਿੰਨ ਅੰਕੜੇ ਜਿਹੜੇ ਆਪਾਂ ਠੋਸ ਤਰੀਕੇ ਨਾਲ ਦਾਅਵੇ ਨਾਲ ਕਹਿ ਸਕਦੇ ਹਾਂ, ਇਹਦੂ ਇਲਾਵਾ ਆਮ ਤੌਰ 'ਤੇ ਆਪਣੇ ਮੰਨਣ ਵਾਲੇ ਆ ਕਿ ਆਪਾਂ ਸ਼ਰਾਬ ਦਾ ਸੇਵਨ ਜ਼ਿਆਦਾ ਕਰਦੇ ਹਾਂ, ਸ਼ਰਾਬ ਦੇ ਨਾਲ ਆਪਣੇ ਪਰਿਵਾਰਾਂ ਦੇ ਵਿੱਚ ਜ਼ਿਆਦਾ ਕਲੇਸ਼ ਪੈਂਦਾ, ਫਿਰ ਆਪਾਂ ਜਦੋਂ ਆਪਾਂ ਨੂੰ ਕੋਈ ਮਾਨਸਿਕ ਰੋਗ ਹੁੰਦਾ ਜਿਹਦਾ ਤੁਸੀਂ ਪਹਿਲਾਂ ਜ਼ਿਕਰ ਵੀ ਕਰ ਚੁੱਕੇ ਹੋ, ਉਹਦੀ ਅਸੀਂ ਮਦਦ ਛੇਤੀ ਲੈਣ ਨਹੀਂ ਜਾਂਦੇ, ਅਸੀਂ ਲੁਕੋ ਕੇ ਰੱਖਦੇ ਹਾਂ ਸਾਰੀਆਂ ਚੀਜ਼ਾਂ। ਆਹ ਜਿਹੜੀ ਸਿਹਤ ਸੰਬੰਧੀ ਆ ਇਹ ਸਾਡੇ ਲਾਈਫ ਸਟਾਈਲ ਨਾਲ ਡਾਇਰੈਕਟ ਕੋਰਿਲੇਸ਼ਨ ਆ। ਸੋ ਜੇ ਆਪਾਂ ਲਾਈਫ ਸਟਾਈਲ ਨੂੰ ਥੋੜ੍ਹਾ ਜਿਹਾ ਸੀਮਿਤ ਕਰ ਲਈਏ, ਥੋੜ੍ਹਾ ਜਿਹਾ ਅਸੀਂ ਸਿਹਤ ਨੂੰ ਵੀ ਕਰ ਲਾਂਗੇ। ਹੁਣ ਮੈਂ ਕਈ ਵਾਰੀ ਨੌਜਵਾਨ ਬੱਚੇ ਆਉਂਦੇ ਆ ਅਤੇ ਉਹਨਾਂ ਨੂੰ ਮੈਂ ਪੁੱਛਦਾ ਵੀ ਤੁਸੀਂ ਬੇਟੇ ਆਪਣੀ ਸਿਹਤ ਬਾਰੇ, ਕਹਿੰਦੇ ਜੀ ਅਸੀਂ ਜਿੰਮ ਜਾਂਦੇ ਹਾਂ। ਮੈਂ ਕਿਹਾ ਵੀ ਜਿੰਮ ਤੁਸੀਂ ਮੁੰਡਿਆਂ ਨੂੰ ਖਾਸ ਕਰਕੇ ਜਦੋਂ ਮੈਂ ਪੁੱਛਦਾ, ਮੈਂ ਕਿਹਾ ਵੀ ਤੁਸੀਂ ਸਿਹਤ ਤੰਦਰੁਸਤ ਰਹਿਣ ਲਈ ਜਾਂਦੇ ਹੋ ਕਿ ਮਸਲ ਬਣਾਉਣ ਲਈ ਜਾਂਦੇ ਹੋ? ਕਿਉਂਕਿ ਜਵਾਨੀ ਵੇਲੇ ਜਦੋਂ ਤੁਸੀਂ ਜਿੰਮ ਜਾਂਦੇ ਹੋ ਉਹਦਾ ਖਾਸ ਮਕਸਦ ਹੁੰਦਾ। ਉਹ ਕਹਿੰਦੇ ਜੀ ਅਸੀਂ ਡੋਲੇ ਬਣਾਉਣ ਜਾਂਦੇ ਹਾਂ, ਜਾਣੀ ਮਸਲ ਹੋਣੇ ਚਾਹੀਦੇ ਆ ਸਾਡੇ। ਉਹ ਇੱਕ ਵੱਖਰਾ ਵਿਸ਼ਾ ਤੁਸੀਂ ਉਹ ਜ਼ਿੰਦਗੀ ਦਾ, ਲੇਕਿਨ ਤੰਦਰੁਸਤ ਰਹਿਣਾ ਇੱਕ ਵੱਖਰਾ ਵਿਸ਼ਾ। ਇਹ ਦੋ ਡਿਫਰੈਂਟ ਸੋਚ ਆ, ਮਾੜੀ ਕੋਈ ਨਹੀਂ ਗੀ। ਮੈਂ ਨਹੀਂ ਕਹਿੰਦਾ ਵੀ ਆਪਣੇ ਨੌਜਵਾਨ ਮੁੰਡਿਆਂ ਨੂੰ ਮਸਲ ਨਹੀਂ ਬਣਾਉਣੇ ਚਾਹੀਦੇ, ਜੇ ਉਹਨਾਂ ਨੇ ਮਸਲ ਬਣਾਉਣੇ ਉਹ ਮਸਲ ਬਣਾਉਣ, ਲੇਕਿਨ ਇਹਦਾ ਕੋਈ ਗਰੰਟੀ ਨਹੀਂ ਗੀ ਕਿ ਮਸਲ ਬਣਾਉਂਦੇ ਉਹ ਤੰਦਰੁਸਤ ਰਹਿਣਗੇ। ਜੇ ਉਹਨਾਂ ਦਾ ਲਾਈਫ ਸਟਾਈਲ ਦੇ ਵਿੱਚ ਨਹੀਂ ਆਇਆ ਕਿ ਅਸੀਂ ਤੰਦਰੁਸਤ ਰਹਿਣਾ, ਮਸਲ ਬਣਾਉਣ ਨਾਲ ਕੋਈ ਤੰਦਰੁਸਤੀ ਦਾ ਕੋਈ ਲੈਣਾ ਦੇਣਾ ਨਹੀਂ ਗਾ। ਉਸ ਸੈਂਸ ਦੇ ਵਿੱਚ ਮੇਰਾ ਖਿਆਲ 'ਚ ਆਪਾਂ ਨੂੰ ਥੋੜ੍ਹਾ ਜਿਹਾ ਹਜੇ ਹੋਰ ਕਮਿਊਨਿਟੀ ਨੂੰ ਮਚਿਓਰ ਹੋਣਾ ਪਊਗਾ ਵੀ ਲਾਈਫ ਸਟਾਈਲ ਦਾ ਸਿਹਤ ਸੰਬੰਧੀ ਕੀ ਅਸਰ ਪੈਂਦਾ ਅਤੇ ਇਹਨੂੰ ਆਪਾਂ ਕਿਵੇਂ ਸੀਮਿਤ ਰੱਖ ਸਕਦੇ। ਜੀ ਬਲਦੇਵ ਜੀ, ਤੁਸੀਂ ਜ਼ਿਕਰ ਕੀਤਾ ਜਿਸ ਤਰ੍ਹਾਂ ਵੀ ਸਾਡਾ ਲਾਈਫ ਸਟਾਈਲ ਹੈ ਅਤੇ ਜਿਹੜਾ ਕਨੇਡੀਅਨ ਸੋਸਾਇਟੀ ਦਾ ਲਾਈਫ ਸਟਾਈਲ ਆ ਉਹਦੇ ਵਿੱਚ ਜਿਹੜਾ ਇਹਨਾਂ ਦਾ ਵੀਕਐਂਡ ਦਾ ਕੋਨਸੈਪਟ ਹੈਗਾ ਕਿ ਇਹਨਾਂ ਨੇ 5 ਦਿਨ ਕੰਮ ਕਰਨਾ, 40 ਘੰਟੇ ਕੰਮ ਕਰਨਾ, 2 ਦਿਨ ਆਫ ਕਰਨੇ ਆ, ਮੰਡੇ ਬੈਕ ਟੂ ਵਰਕ ਜੀ। ਸੋ ਸਾਡਾ ਕੋਨਸੈਪਟ ਜਿਹੜਾ ਇਹ ਹੈਗਾ, ਜੇ ਅਸੀਂ ਜਿੱਥੇ ਜੇ ਸਾਡੇ ਕੋਲ ਚਾਹੇ ਸਾਡੇ ਪਲਾਨ ਵੀ ਬਣਿਆ ਹੋਵੇ ਕੋਈ ਵੀਕਐਂਡ 'ਤੇ ਕਿ ਅੱਜ ਸੈਚਰਡੇ ਨੂੰ ਮੈਂ ਘਰ ਗੈਸਟ ਸੱਦੇ ਆ ਅਤੇ ਮੈਂ ਜੇ ਮੇਰੇ ਸੁਪਰਵਾਈਜ਼ਰ ਨੇ ਮੈਨੂੰ ਪੁੱਛ ਲਿਆ ਵੀ ਤੂੰ ਕੰਮ ਕਰ ਸਕਦਾ ਸੈਚਰਡੇ ਨੂੰ, ਮੈਂ ਸਾਰੇ ਪਲਾਨ ਕੈਂਸਲ ਕਰ ਦਿੰਦੇ ਹਾਂ, ਮੈਂ ਕੰਮ ਨੂੰ ਤਰਜੀਹ ਦੇਵਾਂਗਾ। ਉਹ ਜਿਹੜਾ ਇਹਨਾਂ ਦਾ ਜਿਹੜਾ ਹੈਗਾ ਲਾਈਫ ਸਟਾਈਲ, ਕਨੇਡੀਅਨ ਲਾਈਫ ਸਟਾਈਲ, ਜਿਹਦੇ ਵਿੱਚ ਇਹ ਕਹਿੰਦੇ ਵੀ 40 ਘੰਟੇ ਕੰਮ ਕਰਨੇ ਆ, 5 ਦਿਨ ਕੰਮ ਕਰਨਾ, ਉਹਦੇ ਪਿੱਛੇ ਰਾਜ ਕੀ ਆ? ਆਪਣੀ ਕਮਿਊਨਿਟੀ ਦਾ ਤਾਂ ਹੈਗਾ ਵੀ ਵੀ ਨੀਡ ਮਨੀ, ਸਾਨੂੰ ਤਾਂ ਪੈਸੇ ਚਾਹੀਦੇ ਆ, ਬਾਕੀ ਸਾਰੇ ਪ੍ਰੋਗਰਾਮ ਕੈਂਸਲ। ਲਾਈਫ ਜਿਹੜੀ ਬਣੀ ਆ ਇੰਜੋਏ ਕਰਨ ਵਾਸਤੇ ਬਣੀ ਆ, ਲਾਈਫ ਕੰਮ ਕਰਨ ਵਾਸਤੇ ਨਹੀਂ ਬਣੀ। ਕੰਮ ਕਰਨਾ ਤਾਂ ਇੱਕ ਜ਼ਿੰਦਗੀ ਦਾ ਹਿੱਸਾ ਜਿਹਦੇ ਨਾਲ ਤੁਸੀਂ ਆਪਣੇ ਆਪ ਨੂੰ ਜਿਉਂਦਾ ਰੱਖਣਾ ਜੀ, ਆਪਣਾ ਡਿਫਰੈਂਟ ਆ। ਆਪਾਂ ਕਹਿੰਦੇ ਹਾਂ ਵੀ ਨਹੀਂ, ਸਾਡਾ ਕੰਮ ਅਸੀਂ ਇਸ ਧਰਤੀ 'ਤੇ ਹੀ ਆਏ ਹਾਂ ਅਸੀਂ ਆਪਣਾ ਘਰ ਬਣਾਉਣ ਲਈ, ਅਸੀਂ ਜਿਉਂਦੇ ਰਹਿਣ ਵਾਸਤੇ ਨਹੀਂ ਆਏ, ਅਸੀਂ ਆਪਣਾ ਘਰ ਬਣਾਉਣ ਲਈ ਆਏ ਹਾਂ, ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ, ਅਸੀਂ ਆਪਣਾ ਪਿੱਛੇ ਪੰਜਾਬ ਦੇ ਵਿੱਚ ਵੱਡਾ ਘਰ ਪਾਉਣਾ, ਅਸੀਂ ਆਪਣੇ ਮਾਪਿਆਂ ਨੂੰ ਹੋਰਾਂ ਨੂੰ ਲੈ ਕੇ ਆਉਣਾ, ਉਹ ਚਾਹੇ ਆ ਕੇ ਲੜ ਘਰ 'ਚ ਕਲੇਸ਼ ਪੈ ਜਾਵੇ, ਅਸੀਂ ਉਹ ਸਾਰੀਆਂ ਚੀਜ਼ਾਂ ਕਰਨੀਆਂ। ਸਾਡੀ ਜਿਹੜੀ ਲਾਈਫ ਸਟਾਈਲ ਆ, ਸਾਡੀ ਲਾਈਫ ਸਟਾਈਲ ਟਾਸਕ ਓਰੀਐਂਟਡ ਆ। ਕਨੇਡੀਅਨ ਸਿਸਟਮ ਦੀ ਜਿਹੜੀ ਲਾਈਫ ਸਟਾਈਲ ਆ, ਜਦੋਂ ਇਹ ਆਪਣਾ ਦੇਖਦੇ ਆ, ਇਹ ਤੁਸੀਂ ਦੇਖੋਗੇ ਇਹ ਬੜਾ ਛੋਟਾ ਘਰ ਖਰੀਦਣਗੇ। ਜੇ ਇਹਨਾਂ ਨੂੰ ਮਤਲਬ ਕਿ 2000 ਸਕੁਏਅਰ ਫੁੱਟ 'ਚ ਇਹਨਾਂ ਦਾ ਕੰਮ ਸਰਦਾ ਤਾਂ 1500 ਹੀ ਖਰੀਦਦੇ ਆ, ਕਹਿੰਦੇ ਨਾ ਅਸੀਂ ਨਹੀਂ ਇੰਨੀ ਵੱਡੀ ਮਾਰਗੇਜ ਦੇਣੀ, ਬੜੇ ਆਰਾਮ ਨਾਲ ਸੀਮਤ ਆਪਣਾ ਰਹਿਣਗੇ। ਸਾਡਾ ਹੁੰਦਾ ਵੀ 1500 ਲੈ, 1500 ਤਾਂ ਕਹਿੰਦੇ ਕੋਈ ਘਰ ਥੋੜ੍ਹੀ ਆ, ਘੱਟੋ ਘੱਟ 2500 ਤਾਂ ਹੋਣਾ ਚਾਹੀਦਾ। ਅਤੇ ਉਹ ਕਹਿੰਦਾ ਵੀ ਤੁਹਾਡੀ ਇੰਨੀ ਪਹੁੰਚ ਨਹੀਂ ਗੀ, ਤੁਸੀਂ ਪਛਤਾਓਗੇ ਜੇ ਕੱਲ੍ਹ ਨੂੰ ਮੌਰਗੇਜ ਬਾਰਾ। ਉਹ ਕਹਿੰਦੇ ਕੋਈ ਨਹੀਂ, ਅਸੀਂ ਬੇਸਮੈਂਟ ਕਿਰਾਏ 'ਤੇ ਦੇ ਦਾਂਗੇ। ਸੋ ਸਾਡਾ ਜਿਹੜਾ ਕੋਨਸੈਪਟ ਆ ਟੋਟਲੀ ਲਾਈਫ ਸਟਾਈਲ ਦਾ, ਉਹ ਮਤਲਬ ਕਿ ਤੁਸੀਂ ਜ਼ਿੰਦਗੀ ਨੂੰ ਇੰਜੋਏ ਕਰਨਾ ਕਿ ਜ਼ਿੰਦਗੀ ਦੇ ਵਿੱਚ ਕੁਛ ਚੀਜ਼ਾਂ ਦੀ ਪੂਰਤੀ ਕਰਨੀ ਆ, ਉਹ ਦੋ ਡਿਫਰੈਂਟ ਕੋਨਸੈਪਟ ਆ ਜਿਹੜੇ ਕਿ ਸਾਨੂੰ ਸੋਚਣੇ ਚਾਹੀਦੇ ਆ ਕੈਨੇਡਾ ਦੇ ਕੋਨਟੈਕਸਟ ਦੇ ਵਿੱਚ। ਵਰਨਾ ਅਸੀਂ ਕੰਟੀਨਿਊਸਲੀ ਸਾਡੇ ਹਾਰਟ ਅਟੈਕ ਵੀ ਹੋਣਗੇ, ਸਾਡੀ ਡਾਇਬੀਟਿਸ ਵੀ ਵਧੂਗੀ ਅਤੇ ਸਾਡੀਆਂ ਕੈਂਸਰ ਨਾਲ ਮੌਤਾਂ ਵੀ ਹੋਣਗੀਆਂ, ਕਿਉਂਕਿ ਸਾਡੇ ਕੋਲ ਟਾਈਮ ਹੀ ਹੈ ਨਹੀਂ ਸਕਰੀਨਿੰਗ ਕਰਾਉਣ ਦਾ। ਜੀ ਬਲਦੇਵ ਜੀ, ਬਹੁਤ ਹੀ ਵਧੀਆ ਜਿਹੜੀ ਅੱਜ ਡਿਸਕਸ਼ਨ ਆਪਾਂ ਨੇ ਕੀਤੀ ਹੈਗੀ ਆ ਲਾਈਫ ਸਟਾਈਲ ਸੰਬੰਧੀ, ਪੇਰੈਂਟਿੰਗ ਸੰਬੰਧੀ, ਆਪਣੇ ਜਿਹੜਾ ਕੈਨੇਡਾ ਦੇ ਇੱਥੇ ਵੈਲਿਊਜ਼ ਜਿਹੜੀਆਂ ਹੈਗੀਆਂ ਪੰਜਾਬ ਦਾ ਅਤੇ ਕੈਨੇਡਾ ਦਾ ਡਿਫਰੈਂਸ, ਬਹੁਤ ਹੀ ਵਧੀਆ ਜਿਹੜੀ ਗੱਲਬਾਤ ਤੁਹਾਡੇ ਨਾਲ ਹੋਈ ਹੈ ਅਤੇ ਬਹੁਤ ਹੀ ਵਧੀਆ ਜਾਣਕਾਰੀ ਮਿਲੀ ਆ। ਸੋ ਅਖੀਰ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਕੁਛ ਕੋਈ ਟਿਪਸ ਦੇਣਾ ਚਾਹੋਗੇ ਕਿ ਜਿਹੜੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ, ਜੇ ਆਪਾਂ ਨੇ ਇੱਥੇ ਵਧੀਆ ਜ਼ਿੰਦਗੀ ਜਿਉਣੀ ਹੈ, ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਿਆ ਜਾਵੇ?
ਨਲੇਪ ਜੀ, ਪਹਿਲੀ ਚੀਜ਼ ਮੈਂ ਇਹ ਆਪਣੇ ਦਰਸ਼ਕਾਂ ਨੂੰ ਦੱਸਦਾ ਵੀ ਕੈਨੇਡਾ ਦੇ ਵਿੱਚ ਪੈਸੇ ਕਮਾਉਣ ਦੀ ਕੋਈ ਥੋੜ ਨਹੀਂ ਰਹਿਣੀ। ਤੁਸੀਂ ਹਮੇਸ਼ਾ ਹੀ ਪੈਸੇ ਕਮਾ ਸਕਦੇ ਹੋ ਔਰ ਤੁਸੀਂ ਇੰਨਾ ਜ਼ਿਆਦਾ ਪੈਸੇ ਕਮਾ ਸਕਦੇ ਹੋ ਕਿ ਤੁਹਾਨੂੰ ਤੁਹਾਡੇ ਤੋਂ ਸਾਹਮਣੇ ਔਖੇ ਹੋ ਜਾਣਗੇ। ਕੁਸ਼ਚਨ ਇਹ ਨਹੀਂ ਗਾ, ਕੁਸ਼ਚਨ ਇਹ ਆ ਕਿ ਮੇਰੇ ਕਿਉਂਕਿ ਮੈਂ 1968 ਤੱਕ ਕੈਨੇਡਾ 'ਚ ਆਇਆ, ਮੈਨੂੰ ਬਹੁਤ ਸਾਲ ਜਣੀ ਹੋ ਜਾਣੇ ਆ ਕੈਨੇਡਾ 'ਚ ਆਇਆ ਨੂੰ, ਤਕਰੀਬਨ 50 ਸਾਲ ਦੇ ਕਰੀਬ। ਔਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਕਿ ਜਿਹੜੇ ਪਰਿਵਾਰਾਂ ਨੇ ਆਪਣੇ ਕੈਨੇਡਾ ਨੂੰ ਸਮਝਣ ਦੇ ਵਿੱਚ ਸਹਿਨਸ਼ੀਲਤਾ ਦਿਖਾਈ ਆ, ਜਿਹੜੇ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਦੇਖਿਆ, ਉਹਨਾਂ ਨੂੰ ਚੰਗੀਆਂ ਕਦਰਾਂ ਕੀਮਤਾਂ ਦੇਖੀਆਂ, ਚੰਗੇ ਇਨਸਾਨ ਬਣਾਉਣ ਦੀ ਕੋਸ਼ਿਸ਼ ਕੀਤੀ ਆ, ਉਹ ਪਰਿਵਾਰ ਅਖੀਰ ਦੇ ਵਿੱਚ ਜ਼ਿਆਦਾ ਸੁਖੀ ਆ ਉਹਨਾਂ ਪਰਿਵਾਰਾਂ ਨਾਲੋਂ ਕਿ ਜਿਨ੍ਹਾਂ ਨੇ ਬਹੁਤ ਜ਼ਿਆਦਾ ਪੈਸਾ ਕਮਾਇਆ। ਪੈਸਾ ਕਮਾਉਣਾ ਜ਼ਿੰਦਗੀ ਦਾ ਇੱਕ ਹਿੱਸਾ, ਬੜਾ ਬਹੁਤ ਜ਼ਰੂਰੀ ਹਿੱਸਾ, ਲੇਕਿਨ ਇਹ ਹੀ ਇੱਕ ਹਿੱਸਾ ਨਹੀਂ ਗਾ। ਇਹ ਚੀਜ਼ ਦਾ ਅਗਰ ਆਪਾਂ ਧਿਆਨ 'ਚ ਰੱਖ ਲਈਏ, ਮੇਰਾ ਖਿਆਲ 'ਚ ਆਪਾਂ 'ਚ ਕੈਨੇਡਾ ਦੇ ਵਿੱਚ ਬਹੁਤ ਸੁਖੀ ਰਹਿ ਸਕਦੇ ਹਾਂ, ਕਿਉਂਕਿ ਪੈਸੇ ਤੋਂ ਇਲਾਵਾ ਵੀ ਬਹੁਤ ਸਾਰੇ ਹੋਰ ਚੀਜ਼ਾਂ ਜ਼ਰੂਰੀ ਆ। ਬੱਚਿਆਂ ਦੀ ਪਰਵਰਿਸ਼ ਜ਼ਰੂਰੀ ਆ, ਕੈਨੇਡਾ ਨੂੰ ਸਮਝਣਾ ਜ਼ਰੂਰੀ ਆ, ਤੁਹਾਡੀ ਆਪਣੀ ਸਿਹਤ ਜ਼ਰੂਰੀ ਆ, ਹਸਬੈਂਡ ਵਾਈਫ ਦਾ ਰਿਲੇਸ਼ਨਸ਼ਿਪ ਇੰਪੋਰਟੈਂਟ ਆ, ਤੁਸੀਂ ਸਮਾਜ ਦੇ ਵਿੱਚ ਕਿਸ ਤਰ੍ਹਾਂ ਵਿਚਰਦੇ ਹੋ ਉਹ ਜ਼ਰੂਰੀ ਆ, ਤੁਹਾਡਾ ਸਮਾਜ ਕਿੱਧਰਲੇ ਪਾਸੇ ਨੂੰ ਜਾ ਰਿਹਾ ਉਹ ਜ਼ਰੂਰੀ ਆ। ਸੋ ਬਹੁਤ ਪੱਖੀ ਤੁਹਾਡੀ ਜ਼ਿੰਦਗੀ ਦੇ ਆ ਪਹਿਲੂ ਆ, ਜਿੰਨਾ ਹਰ ਇੱਕ ਪਹਿਲੂ ਹੀ ਓਨਾ ਇੰਪੋਰਟੈਂਟ ਆ ਜਿੰਨਾ ਇੰਪੋਰਟੈਂਟ ਪੈਸੇ ਆ। ਪਰ ਜਦੋਂ ਤੁਹਾਡੀ ਤਵੱਜੋ ਸਾਰੀ ਦੀ ਸਾਰੀ ਪੈਸੇ 'ਤੇ ਕੋਨਸਨਟ੍ਰੇਟ ਹੋ ਜਾਂਦੀ ਆ, ਉਦੋਂ ਤੁਹਾਡੀ ਜ਼ਿੰਦਗੀ ਨੂੰ ਇੱਕ ਕਿਸਮ ਦਾ ਹਾਈਜੈਕ ਕਰਕੇ ਚਲੇ ਜਾਂਦੀ ਆ, ਅਤੇ ਉਹਦੇ ਜਿਹੜੇ ਰਿਜ਼ਲਟ ਆ ਉਹਦੇ ਜਿਹੜੇ ਜਿਹੜੇ ਨਿਕਲਦੇ ਆ ਉਹ ਫਿਰ ਇੰਨੇ ਵਧੀਆ ਨਹੀਂ ਨਿਕਲਦੇ ਜੀ। ਸੋ ਉਮੀਦ ਆ ਸਾਡਾ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਡਾ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੈ। ਸੋ ਬਲਦੇਵ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਟੂਡੀਓ ਦੇ ਵਿੱਚ ਆ ਕੇ ਸਾਡੇ ਦਰਸ਼ਕਾਂ ਨਾਲ ਗੱਲਬਾਤ ਕਰਨ ਦਾ। ਸੋ ਇੱਥੇ ਸਾਨੂੰ ਦਿਓ ਇਜਾਜ਼ਤ, ਅਗਲੇ ਹਫ਼ਤੇ ਇਸੇ ਚੈਨਲ 'ਤੇ ਇਸੇ ਸਮੇਂ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।